ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਵਿਘਨਨ ਕੇ ਨਾਸਕ, ਵਿਘਨਨ ਕੇ ਨਾਸਕ, ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕੇਰ ਪਾਲਾ ਜੀ ਪਰਮ ਕੇਰ, ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ, ਬੰਦੋਂ ਬਾਰ ਬਾਰ ਜਗਦੀਸ਼ਾ, ਜਿਸਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ, ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸਨ ਸੋਏ, ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ ਅੰਤਰਜਾਮੀ ਸੱਚੇ ਪਾਤਸ਼ਾਹ, ਮੁਗਤ ਭੁਗਤ ਜੁਗਤ ਦੇ ਦਾਤੇ, ਧੰਨ ਧੰਨ ਸਤਿਗੁਰੂ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ, ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਬੜੇ ਪਿਆਰ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਰਸ ਪਿੰਨਾ ਕੀਰਤਨ ਗੁਰੂ ਸਵਾਰਿਆਂ ਦੇ ਪਾਸੋਂ ਸਰਵਣ ਕਰ ਰਹੇ ਸੀਗੇ। ਆਓ ਸਾਰੀ ਸੰਗਤ ਦਾਸ ਦੀ ਆਪਣੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ ਵਿੱਚ ਦਬਾਓ,
ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਜਗਤ ਜਲੰਦੇ ਨੂੰ ਤਾਰਨ ਹਾਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦਾ ਪਵਿੱਤਰ ਮਹਾਨ ਇਤਿਹਾਸ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਗੁਰੂ ਸਾਹਿਬ ਜੀ ਦਾ ਜਦੋਂ ਇਤਿਹਾਸ ਸੁਣਨਾ ਹੈ, ਇਹ ਬੜੀ ਸ਼ਰਧਾ ਦੇ ਨਾਲ ਸਾਧ ਸੰਗਤ ਜੀ ਸਰਵਣ ਕਰਨਾ ਹੈ। ਸ਼ਰਧਾ ਦੇ ਨਾਲ ਸੁਣਾਂਗੇ ਤਾਂ ਕੁਝ ਸਮਝ ਆਏਗੀ, ਜੇ ਅਸ਼ਰਧਾ ਦੇ ਨਾਲ ਸੁਣਾਂਗੇ ਕੁਝ ਪੱਲੇ ਨਹੀਂ ਪਏਗਾ ਜੀ। ਇਹ ਹਿਰਦੇ ਵਿੱਚ ਭਾਵਨਾ ਵਸਾ ਕੇ, ਪ੍ਰੇਮ ਵਸਾ ਕੇ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਨਾ ਹੈ। ਸ਼ਰਧਾਲੂ ਵਾਸਤੇ ਗੁਰੂ ਘਰ ਵਿੱਚ ਸਭ ਕੁਝ ਹੀ ਹੈ। ਆਪ ਜੀ ਨੇ ਸਰਵਣ ਕੀਤਾ, ਰਾਜੇ ਸ਼ਿਵ ਨਾਭ ਦਾ ਭਲਾ ਕਰਨ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਜਾ ਰਹੇ ਹੈ ਸੰਗਲਾ ਦੀਪ ਵਿੱਚ। ਪਹਿਲਾਂ ਮਹਾਰਾਜ ਐਮਨਾਬਾਦ ਵਿੱਚ ਜਿੱਥੇ ਭਾਈ ਲਾਲੋ ਜੀ ਦਾ ਘਰ ਹੈ, ਸਾਧ ਸੰਗਤ ਜੀ ਉੱਥੇ ਗਏ ਹੈ। 5 ਦਿਨ ਮਹਾਰਾਜ ਸੱਚੇ ਪਾਤਸ਼ਾਹ ਰਹੇ ਹੈ। ਰਸਤੇ ਵਿੱਚ ਭਾਈ ਸਾਹਿਬ ਜੀ ਨੂੰ, ਭਾਈ ਮਰਦਾਨਾ ਜੀ ਨੂੰ ਬੜੀ ਭੁੱਖ ਲੱਗੀ ਹੈ। ਬਾਲਾ ਅਤੇ ਮਰਦਾਨਾ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਨੇ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਮੈਨੂੰ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਹੀ ਭੁੱਖ ਨਹੀਂ ਸੀ ਲੱਗਦੀ ਹੁੰਦੀ। ਮਰਦਾਨਾ ਜੀ ਨੂੰ ਜਦੋਂ ਭੁੱਖ ਲੱਗਦੀ ਸੀ, ਮਹਾਰਾਜ ਉਹਦੇ ਵਿੱਚ ਕਿਸੇ ਨਾ ਕਿਸੇ ਦਾ ਭਲਾ ਕਰਨਾ ਹੁੰਦਾ ਸੀ। ਸੱਚੇ ਪਾਤਸ਼ਾਹ ਜੀ ਨੇ ਅੱਕ ਦੇ ਫਲ ਗੁਰੂ ਨਾਨਕ ਸਾਹਿਬ ਨੇ ਮਰਦਾਨਾ ਜੀ ਨੂੰ ਕਿਹਾ, ਮਰਦਾਨਿਆਂ ਛਕ ਲੈ। ਭਾਈ ਮਰਦਾਨਾ ਜੀ ਨੇ ਅੱਕ ਦੇ ਫਲ ਛਕ ਲਏ ਅਤੇ ਪਿਆਰਿਓ ਅੱਕ ਦੇ ਫਲ ਜਿਹੜੇ ਜ਼ਹਿਰ ਵਰਗੇ ਕੌੜੇ ਹੁੰਦੇ ਹੈ ਉਹ ਖਾ ਕੇ ਭਾਈ ਮਰਦਾਨਾ ਜੀ ਐਂ ਰੱਜ ਗਏ ਅਤੇ ਅੱਕ ਜਿਹੜਾ ਸੀ ਉਹ ਮਿੱਠਾ ਹੋ ਗਿਆ ਜੀ, ਅੱਕ ਦੇ ਫਲ ਮਿੱਠੇ ਹੋ ਗਏ। ਮਹਾਰਾਜ ਨੇ ਕਿਹਾ ਸੀ ਨਾਲ ਨਾ ਬੰਨੀ, ਭਾਈ ਮਰਦਾਨਾ ਜੀ ਨੇ ਨਾਲ ਬੰਨ ਲਏ। ਅਗਲੇ ਦਿਨ ਖਾਣ ਲੱਗੇ, ਉਹੋ ਹੀ ਖਾਧੇ ਅਤੇ ਸਾਧ ਸੰਗਤ ਜੀ ਬੜਾ ਸਰੀਰ ਦਾ ਬੁਰਾ ਹਾਲ ਹੋ ਗਿਆ। ਫਿਰ ਮਹਾਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਨੇ ਫਿਰ ਅੱਕ ਦਾ ਹੀ ਫਲ ਖਵਾ ਕੇ ਭਾਈ ਮਰਦਾਨਾ ਜੀ ਨੂੰ ਰਾਜੀ ਖੁਸ਼ੀ ਕਰ ਦਿੱਤਾ ਸੀਗਾ। ਕੱਲ੍ਹ ਦੀ ਸਾਖੀ ਤੋਂ ਸਾਨੂੰ ਸਿੱਖਿਆ ਪ੍ਰਾਪਤ ਹੋਈ ਸੀ, ਜਿਹੜਾ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਤੋਂ ਬਾਹਰ ਜਾਂਦਾ ਹੈ ਪਿਆਰੇ, ਉਹਨੂੰ ਦੁੱਖ ਭੋਗਣਾ ਪੈਂਦਾ ਹੈ। ਰਚ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਜੀ ਦੇ ਬਚਨਾਂ ਵਿੱਚ ਇੰਨੀ ਵੱਡੀ ਤਾਕਤ ਹੈ, ਜਿਨ੍ਹਾਂ ਵਿੱਚ ਕੋਈ ਵੀ ਗੁਣ ਨਹੀਂ ਨਾ ਜੀ ਹੈਗਾ ਜੀ, ਉਹ ਸਤਿਗੁਰੂ ਜੀ ਦੇ ਬਚਨ ਸੁਣਨ ਲੱਗ ਪੈਣ ਅਤੇ ਕਮਾਉਣ ਲੱਗ ਪੈਣ, ਉਹਨਾਂ ਦਾ ਵੀ ਨਿਸਤਾਰਾ ਹੋ ਜਾਂਦਾ ਹੈ ਜੀ। ਫਿਰ ਧਿਆਨ ਨਾਲ ਸੁਣਿਓ, ਜਿਨ੍ਹਾਂ ਵਿੱਚ ਕੋਈ ਵੀ ਗੁਣ ਨਹੀਂ ਹੈਗਾ, ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣਨ, ਪੜ੍ਹਨ ਅਤੇ ਕਮਾਉਣ ਲੱਗ ਪੈਣ, ਬੜੀ ਵੱਡੀ ਅਵਸਥਾ ਬਣ ਜਾਂਦੀ ਅਤੇ ਉਧਾਰ ਹੋ ਜਾਂਦਾ ਜੀ। ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਮਹਾਰਾਜ ਜਿਹੜੇ ਤੁਹਾਡੇ ਬਚਨ ਹੈ ਨਾ, ਉਹ ਨਿਰਗੁਣ ਆ ਰਹੇ ਬੰਦਿਆਂ ਨੂੰ ਵੀ ਨਿਸਤਾਰਾ ਕਰ ਦਿੰਦੇ, ਉਹਨਾਂ ਦਾ ਵੀ ਸਤਿਗੁਰਾਂ ਦੇ ਬਚਨਾਂ ਵਿੱਚ ਤਾਕਤ ਇਤਨੀ ਹੈ। ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰ ਮੁਕਤ ਜਨਾਵੈ ਗੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਚਨ ਮੰਨਦਾ, ਉਹ ਸਾਧ ਸੰਗਤ ਜੀ ਸੁੱਖ ਪ੍ਰਾਪਤ ਕਰਦਾ, ਜਿਹੜਾ ਬਚਨ ਨਹੀਂ ਮੰਨਦਾ ਉਹਨੂੰ ਫਿਰ ਦੁੱਖ ਮਿਲਦਾ ਹੈ ਜੀ। ਹੁਣ ਇਹਦੇ ਤੋਂ ਅੱਗੇ ਇਤਿਹਾਸ ਸਰਵਣ ਕਰਨਾ ਹੈ। ਹਜ਼ੂਰ ਮਹਾਰਾਜ ਕਾਬਰੂ ਦੇਸ਼ ਵਿੱਚ ਪ੍ਰਵੇਸ਼ ਕੀਤਾ। ਕਾਬਰੂ ਦੇਸ਼ ਨੂੰ ਕਾਮਰੂਪ ਦੇਸ਼ ਵੀ ਕਹਿੰਦੇ ਹੈ, ਜਿੱਥੇ ਪਿਆਰਿਓ ਵਾਸ਼ਨਾਵਾਂ ਹੀ ਵਾਸ਼ਨਾਵਾਂ ਹਨ। ਇਹ ਸੰਸਾਰ ਅੱਜ ਸਾਰਾ ਹੀ
ਕਾਮ ਰੂਪ ਦੇਸ਼ ਹੀ ਬਣ ਚੁੱਕਾ ਹੈ। ਗੱਜ ਕੇ ਆਖੋ ਵਾਹਿਗੁਰੂ, ਕਿਉਂਕਿ ਇੱਥੇ ਵਾਸ਼ਨਾਵਾਂ ਹੀ ਵਾਸ਼ਨਾਵਾਂ ਨੇ। ਇੱਕ ਪਰਦਾ ਹੀ ਪਿਆ ਹੈ, ਜਿਹਦੇ ਮਨ ਤੋਂ ਪਰਦਾ ਉੱਠੇਗਾ ਪਿਆਰੇ ਉਹ ਹਿਰਦੇ ਵਿੱਚ ਕਾਮ ਕ੍ਰੋਧ ਦੇ ਦਰਿਆ ਵਗਦੇ ਵੇਖੇ ਜਾਂਦੇ ਹੈ। ਸੋ ਇਹ ਸਾਰਾ ਸੰਸਾਰ ਹੀ ਕਾਮ ਰੂਪ ਦੇਸ਼ ਬਣਿਆ ਹੋਇਆ। ਇਸ ਸੰਸਾਰ ਰੂਪੀ ਕਾਮ ਰੂਪ ਦੇਸ਼ ਵਿੱਚ ਪਿਆਰਿਓ ਕੋਈ ਇੱਕ ਅੱਧਾ ਗੁਰਸਿੱਖ ਹੈ ਜਿਹਦੇ 'ਤੇ ਮਹਾਰਾਜ ਦੀ ਮਿਹਰ ਹੈ, ਉਹ ਕਾਮ ਕ੍ਰੋਧ ਤੋਂ ਰਹਿਤ ਹੋ ਜਾਂਦਾ ਹੈ। ਹੁਣ ਆਪਾਂ ਅੱਗੋਂ ਮਹਾਰਾਜ ਦਾ ਪ੍ਰਸੰਗ ਸਰਵਣ ਕਰੀਏ। ਕਾਮ ਰੂਪ ਦੇਸ਼ ਜਿਹਨੂੰ ਢਾਕਾ ਕਹਿੰਦੇ ਹੈ, ਬੰਗਾਲ ਦੇ ਵਿੱਚ ਸਾਧ ਸੰਗਤ ਜੀ ਇਹ ਸਥਾਨ ਹੈ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਾਰੀ ਸੰਗਤ ਜੋੜੋ ਦੋਵੇਂ ਹੱਥ, ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਕਾਵਰੂ ਦੇਸ਼ ਕੀਓ ਪਰਵੇਸ਼, ਭਲੇ ਦਰਵੇਸ਼ ਕੋ ਬੇਸ ਬਣਾਏ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਬਾਲਾ ਜੀ ਕਥਾ ਸੁਣਾ ਰਹੇ ਹੈ। ਕਹਿੰਦੇ ਸੱਚੇ ਪਾਤਸ਼ਾਹ, ਫਿਰ ਮਹਾਰਾਜ ਫਕੀਰੀ ਭੇਖ ਗੁਰੂ ਜੀ ਨੇ ਧਾਰਨ ਕੀਤਾ, ਮਹਾਰਾਜ ਕਾਮ ਰੂਪ ਦੇਸ਼ ਵਿੱਚ ਪਹੁੰਚੇ ਹੈ। ਹਾਂਜੀ, ਮੰਤਰਣ ਜੰਤਰਣ ਤੰਤਰਣ ਕੀ ਨਿੱਧ ਜੋਰ ਸੀਮਿਤਾ ਨ ਕੋ ਜਿਹੇ ਥਾਏ। ਕਹਿੰਦੇ ਆ ਜਿੱਥੇ ਤੰਤਰਾਂ ਮੰਤਰਾਂ ਦਾ ਬੜਾ ਵੱਡਾ ਜ਼ੋਰ ਹੈ, ਔਰ ਕਿਸੇ ਨੂੰ ਵੀ ਉਹ ਤੰਤਰ ਮੰਤਰ ਦਾ ਅਸਰ ਜਿਹੜਾ ਉੱਥੋਂ ਦੀਆਂ ਬੀਬੀਆਂ ਕਰ ਦਿੰਦੀਆਂ ਨੇ। ਹਾਂਜੀ, ਆਏ ਗਯੋ ਟਿਗ ਹੀ ਨਗਰਾ ਗੁਰ, ਬੈਸ ਗਏ ਤਰ ਕੀ ਇੱਕ ਛਾਏ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨਗਰ ਦੇ ਬਾਹਰ ਇੱਕ ਰੁੱਖ ਦੇ ਹੇਠਾਂ ਸੱਚੇ ਪਾਤਸ਼ਾਹ ਸੱਜ ਗਏ ਜੀ। ਹਾਂਜੀ, ਬੀਤ ਮਹੂਰਤ ਇੱਕ ਗਯੋ ਮਰ, ਦਾਨੇ ਤਬੈ ਮੁਖ ਵਾਕ ਅਲਾਏ। ਇੱਕ ਦਿਨ ਲੰਘ ਗਿਆ ਜੀ, ਇੱਕ ਦਿਨ ਲੰਘ ਗਿਆ, ਮਹਾਰਾਜ ਨੇ ਕੁਝ ਨਹੀਂ ਛਕਿਆ, ਕੁਝ ਨਹੀਂ ਪੀਤਾ, ਭਾਈ ਮਰਦਾਨਾ ਜੀ ਨੂੰ ਫਿਰ ਭੁੱਖ ਲੱਗ ਗਈ ਜੀ। ਗੱਜ ਕੇ ਆਖੋ ਵਾਹਿਗੁਰੂ। ਇਹਦਾ ਭਾਵ ਸਮਝਣਾ ਵੀ ਇਸ ਨਗਰ ਵਿੱਚ ਵੀ ਗੁਰੂ ਨਾਨਕ ਸਾਹਿਬ ਨੇ ਕਿਸੇ ਦਾ ਭਲਾ ਕਰਨਾ ਹੈ। ਭਾਈ ਮਰਦਾਨਾ ਜੀ ਨੂੰ ਭੁੱਖ ਲੱਗ ਗਈ ਜੀ। ਹਾਂਜੀ, ਹੇ ਪ੍ਰਭ ਜੀ ਇਹ ਸੁੰਦਰ ਦੇਸ਼, ਤਰੋਵਰ ਪੰਥ ਅਨੇਕ ਖਰੇ। ਮਹਾਰਾਜ ਸੱਚੇ ਪਾਤਸ਼ਾਹ, ਇਹ ਇਲਾਕਾ ਬੜਾ ਸੋਹਣਾ ਮਹਾਰਾਜ, ਬੜੇ ਸੋਹਣੇ ਸੋਹਣੇ ਮਹਾਰਾਜ ਰੁੱਖ ਲੱਗੇ ਆ। ਹੁਣ ਸੁਣਿਓ ਉੱਥੇ ਕਿਹੜੇ ਕਿਹੜੇ ਰੁੱਖ ਸਨ। ਹਾਂਜੀ, ਪੁੰਗ ਤੰਬੂਲਨ ਤਾਲ ਤਮਾਲ, ਵਿਸਾਲ ਪਲੇ ਦਲ ਸੋਹੈ ਖਹਰੇ। ਸਪਾਰੀ ਹੈ, ਪਾਨ ਹੈ, ਹੋਰ ਦਰਖਤ ਹੈ, ਵੱਡੇ ਵੱਡੇ ਦਰਖਤ ਹੈ। ਮਹਾਰਾਜ ਸਰੋਵਰ ਬੜੇ, ਅੱਜ ਵੀ ਬੰਗਾਲ 'ਚ ਪਾਨ ਸਪਾਰੀ ਬਹੁਤ ਚੱਲਦੀ ਹੈ ਜੀ। ਅਤੇ ਮਹਾਰਾਜ ਸੱਚੇ ਪਾਤਸ਼ਾਹ, ਬੜਾ ਸੋਹਣਾ ਨਗਰ ਹੈ ਇਹ। ਹਾਂਜੀ, ਸਾਖ ਚੁੱਕੀ ਫਲ ਪੀਨਨ ਸੋ ਕਦਲੀ ਕੇ ਬਗੀਚਨ ਬ੍ਰਿੰਦ ਜਰੇ। ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਰੁੱਖ ਹੈ ਫਲਾਂ ਨਾਲ ਮਹਾਰਾਜ ਐਂ ਲੱਦੇ ਪਏ ਹੈ ਸੱਚੇ ਪਾਤਸ਼ਾਹ, ਬੜਾ ਸੋਹਣਾ ਨਗਰ ਹੈ ਇਹ। ਹਾਂਜੀ, ਜੇ ਨਰ ਨਰ ਸਰੀਰ ਮੈਂ ਚਿਰਨ ਆਨ ਹੀ ਰੀਤ ਸੋ ਤਾਹੇ ਤਰੇ। ਅਤੇ ਮਹਾਰਾਜ ਇੱਥੋਂ ਦੇ ਜਿਹੜੇ ਇਸਤਰੀ ਪੁਰਸ਼ ਹੈ, ਉਹਨਾਂ ਨੇ ਕੱਪੜੇ ਵੀ ਆਪਣੇ ਵਰਗੇ ਨਹੀਂ ਪਾਏ ਮਹਾਰਾਜ, ਉਹਨਾਂ ਦੀ ਬੋਲੀ ਹੋਰ ਹੈ ਅਤੇ ਕੱਪੜੇ ਹੋਰ ਹੈ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਵੇਖ ਲਓ ਰਾਜਸਥਾਨੀਆਂ ਦੇ ਜਿਹੜੇ ਕੱਪੜੇ ਆਪਣੇ ਪੰਜਾਬੀਆਂ ਨਾਲ ਨਹੀਂ ਮਿਲਦੇ ਜੀ, ਉਹ ਜੀ ਥੋੜ੍ਹਾ ਜਿਹਾ ਇਲਾਕੇ 'ਚੋਂ ਬਾਹਰ ਨਿਕਲੋ ਬੋਲੀ ਬਦਲ ਜਾਂਦੀ ਹੈ ਜੀ।
ਆ ਤੁਸੀਂ ਜਲੰਧਰ ਵਾਲੇ ਤੋਂ ਇੱਕ ਪਾਸੇ ਹੋ ਜਾਓ, ਵਾਹਿਗੁਰੂ ਇੱਧਰ ਮਾਲਵੇ ਵੱਲ ਚਲੇ ਜਾਓ ਤਾਂ ਬੋਲੀ ਬਦਲ ਜਾਂਦੀ ਹੈ, ਬਿਲਕੁਲ ਬੋਲੀ ਬਦਲ ਜਾਂਦੀ ਹੈ। ਹਰਿਆਣੇ 'ਚ ਜਾਓ ਉੱਥੇ ਬੋਲੀ ਬਦਲ ਜਾਂਦੀ ਹੈ, ਬੰਗਾਲ ਦੀ ਬੋਲੀ ਵੀ ਹੋਰ ਅਤੇ ਵੇਸ਼ਭੂਸ਼ਾ ਵੀ ਹੋਰ। ਮਹਾਰਾਜ ਸੱਚੇ ਪਾਤਸ਼ਾਹ ਬੜਾ ਸੋਹਣਾ ਲੱਗ ਰਿਹਾ ਸਾਰਾ ਕੁਛ। ਹਾਂਜੀ, ਆਇਸ ਦੇਵ ਹੋ ਜਾਵ ਹੋ ਮੈਂ ਪੁਰ ਹੇਰ ਅਹਾਰ ਕਰੋ ਕਿਹੇ ਥਾਨਾ। ਤੇ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਆਗਿਆ ਦਿਓ, ਸੱਚੇ ਪਾਤਸ਼ਾਹ ਮੈਂ ਇਹ ਵੇਖ ਲਵਾਂ ਮਹਾਰਾਜ ਸ਼ਹਿਰ ਬੜਾ ਸੋਹਣਾ ਲੱਗ ਰਿਹਾ। ਹਾਂਜੀ, ਪੁਰ ਸ਼ੁਦਾ ਮੁਝ ਲੱਗ ਰਹੀ ਨਹਿ ਕੁਰ ਕਹੋ ਤੁਮਰੇ ਅਗਵਾਨਾ। ਮਹਾਰਾਜ ਕਹਿੰਦੇ ਮਰਦਾਨਿਆ ਗੱਲ ਤੇ ਕੋਈ ਹੋਰ ਹੈ, ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਸੱਚ ਹੈ ਮੈਨੂੰ ਭੁੱਖ ਲੱਗ ਗਈ ਹੈ ਮਹਾਰਾਜ। ਹਾਂਜੀ, ਸ਼੍ਰੀ ਮੁਖ ਵਾਕ ਕਹੇ ਤੇ ਹੈ ਸੋਨੇ ਹੈ ਜਾਵ ਹੋ ਜਾਂ ਪੁਰ ਮੈਂ ਮਰਦਾਨਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਪਤਾ ਕੀ ਕਹਿਣ ਲੱਗੇ, ਮਹਾਰਾਜ ਕਹਿੰਦੇ ਮਰਦਾਨਿਆ ਇਸ ਨਗਰ ਵਿੱਚ ਨਾ ਜਾ ਮਹਾਰਾਜ ਕਹਿੰਦੇ। ਹਾਂਜੀ, ਜਾਨ ਰਿਦੇ ਦੁੱਖ ਦਾਨ ਸਥਾਨ ਨਾ ਲਾਇਕ ਜਾਨ ਕੇ ਮਾਨ ਸੋ ਜਾਨਾ। ਮਹਾਰਾਜ ਕਹਿੰਦੇ ਮਰਦਾਨਿਆ ਇਹ ਜਿਹੜਾ ਨਗਰ ਹੈ ਨਾ ਸੁਖਦਾਈ ਨਹੀਂ ਹੈਗਾ, ਬੜਾ ਦੁੱਖ ਹੀ ਇੱਥੇ। ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਨਾ ਜਾ ਇਸ ਨਗਰ ਵਿੱਚ। ਹਾਂਜੀ, ਪੁਰ ਤੇ ਬਰ ਜੋ ਡਰ ਦੇ ਉਰ ਕੋ ਮੁਝ ਨਾ ਬਾਰ ਆਪ ਕਹੂੰ ਕਛ ਖਵਾਹਾ। ਮਰਦਾਨਾ ਜੀ ਕਹਿੰਦੇ ਮਹਾਰਾਜ ਆਹ ਚੰਗੀ ਗੱਲ ਹੈ, ਗੱਜ ਕੇ ਆਖੋ ਵਾਹਿਗੁਰੂ। ਉਹ ਅਸਲ 'ਚ ਮਹਾਰਾਜ ਆਪ ਹੀ ਮਾਇਆ ਫੇਰ ਦਿੰਦੇ ਸੀਗੇ ਜੀ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਆਹ ਚੰਗੀ ਗੱਲ ਹੈ, ਸੱਚੇ ਪਾਤਸ਼ਾਹ ਨਾ ਨਗਰ ਵਿੱਚ ਹੀ ਸਾਨੂੰ ਜਾਣ ਦਿੰਦੇ, ਅਤੇ ਜੇ ਮਹਾਰਾਜ ਨਗਰ ਵਿੱਚ ਨਹੀਂ ਜਾਣ ਦਿੰਦੇ ਅਤੇ ਦੂਜੇ ਪਾਸੇ ਕੁਝ ਛਕਣ ਨੂੰ ਵੀ ਨਹੀਂ ਦਿੰਦੇ ਸਾਨੂੰ। ਹਾਂਜੀ, ਕਰ ਆਏ ਹਰ ਨਾਹੇ ਕਰੂ ਨਾ ਕਰ ਕਿਉਂ ਕਰ ਬਾਹਰ ਮੈਂ ਨਿਰ ਬਾਹਰ। ਗੱਜ ਕੇ ਆਖੋ ਵਾਹਿਗੁਰੂ। ਅਤੇ ਸੱਚੇ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਇੱਥੇ ਬੈਠਿਆਂ ਅਤੇ ਭੋਜਨ ਮਿਲਣਾ ਨਹੀਂ ਹੈ, ਅਤੇ ਮਹਾਰਾਜ ਆਪਣਾ ਗੁਜ਼ਾਰਾ ਕਿਵੇਂ ਹੋਏਗਾ। ਹਾਂਜੀ, ਬਿਨ ਭੋਜਨ ਤੇ ਤਨ ਹਾਨ ਬਨੇ ਹੱਠ ਕੋ ਲਗਾਹੋ ਕਰ ਹੋ ਮਨ ਮਹਾ। ਸੱਚੇ ਪਾਤਸ਼ਾਹ ਬਿਨਾਂ ਭੋਜਨ ਤੋਂ ਤੇ ਪ੍ਰਾਣ ਨੱਸ ਜਾਣਗੇ, ਸਰੀਰ ਮੁੱਕ ਜਾਏਗਾ, ਖਤਮ ਹੋ ਜਾਵਾਂਗਾ, ਅਤੇ ਮਹਾਰਾਜ ਮੈਂ ਤੇ ਆਪਣੀ ਮਰਜ਼ੀ ਕਰਨੀ, ਮੈਂ ਤੇ ਚੱਲਾ। ਗੱਜ ਕੇ ਆਖੋ ਵਾਹਿਗੁਰੂ। ਅਜੇ ਥੋੜ੍ਹੇ ਦਿਨਾਂ ਪਹਿਲਾਂ ਹੀ ਅੱਕ ਖਾ ਕੇ ਆਨੰਦ ਲੈ ਲਿਆ ਅਤੇ ਹੁਣ ਫਿਰ ਆਖਣ ਲੱਗੇ ਮਹਾਰਾਜ ਮੈਂ ਤੇ ਚੱਲਾਂ ਸੱਚੇ ਪਾਤਸ਼ਾਹ। ਹਾਂਜੀ, ਅਬ ਦੇ ਹੋਰ ਜਾਏ ਕੋ ਜਾਏ ਕਹਿ ਜਾਏ ਕੋ ਖਾਏ ਅਘਾਏ ਅਵੋ ਤੁਮ ਪਾਹਾ। ਤੇ ਮਹਾਰਾਜ ਮੈਨੂੰ ਆਗਿਆ ਦਿਓ ਸੱਚੇ ਪਾਤਸ਼ਾਹ, ਮੈਂ ਜਾਵਾਂ ਤੇ ਜਾ ਕੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਤੁਹਾਡੇ ਕੋਲ ਵਾਪਸ ਆ ਜਾਵਾਂਗਾ। ਹਾਂਜੀ, ਨਾਨਕ ਤਾਂ ਮਨ ਕੀ ਮਨ ਜਾਨ ਸੋ ਆਨੰਦ ਬੈਨ ਪਨੇ ਮੁਸਕਾਨੇ। ਮਹਾਰਾਜ ਸੱਚੇ ਪਾਤਸ਼ਾਹ ਮੁਸਕੁਰਾ ਪਏ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੂੰ ਪਤਾ ਵੀ ਫਿਰ ਕੋਈ ਲੀਲਾ ਵਰਤਣੀ ਹੈ, ਸੱਚੇ ਪਾਤਸ਼ਾਹ ਨੇ ਆਉਣ ਵਾਲਾ ਸਮਾਂ ਜਾਣ ਕੇ ਬਚਨ ਕੀਤਾ। ਧੀਰ ਸਰੀਰ ਤਰੈ ਨੇ ਤੂੰ ਪੁਰ ਮੈਂ ਬਰ ਹੇ ਰਹੋ ਜਾ ਮਰਦਾਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਧੀਰ ਸਰੀਰ ਤਰੈ ਨੇ ਤੂੰ ਪੁਰ ਮੈਂ ਬਰ ਹੇ ਰਹੋ ਜਾ ਮਰਦਾਨੇ। ਮਹਾਰਾਜ ਕਹਿੰਦੇ ਮਰਦਾਨਿਆ ਤੇਰੇ ਕੋਲ ਧੀਰਜ ਨਹੀਂ ਤਾਰਿਆ ਜਾ ਰਿਹਾ, ਅਤੇ ਜੇ ਹੁਣ ਤੂੰ ਧੀਰਜ ਨਹੀਂ ਤਾਰਨਾ ਤਾਂ ਮਹਾਰਾਜ ਕਹਿੰਦੇ ਮਰਦਾਨਿਆ ਫਿਰ ਕਰ ਲੈ ਆਪਣੀ ਮਰਜ਼ੀ। ਹਾਂਜੀ,
ਤਉ ਰਹਿਰਨ ਚਾਹੇ ਰਹੇ ਨਾਹਿ ਖਾਹੋ ਆਹਾਰ ਅਹੈ ਲਲ ਚਾਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖ ਲਾ, ਜੇ ਤੇਰਾ ਬਹੁਤਾ ਹੀ ਮਨ ਲਲਚਾਉਂਦਿਆ ਹੈ ਨਾ, ਤੇ ਫਿਰ ਛਕ ਲਿਆ ਇੱਥੋਂ ਦਾ ਵੀ ਪ੍ਰਸ਼ਾਦਾ। ਹਾਂਜੀ। ਸ਼੍ਰੋਣ ਨਯੋ ਸੁਨ ਕੀ ਨ ਪਿਆਨ ਅਜਾਨ ਨਾ ਜਾਨੀ ਸੋ ਬੈਨ ਬਖਾਨੇ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖੋਂ ਮਰਦਾਨਾ ਜੀ ਨੇ ਸੁਣੇ ਬਚਨ, ਤੇ ਮਰਦਾਨਾ ਜੀ ਧੋ ਕੇ ਖੁਸ਼ ਵੀ ਆਪਾਂ ਨੂੰ ਆਗਿਆ ਮਿਲ ਗਈ, ਪਰ ਇਹ ਨਹੀਂ ਪਤਾ ਵੀ ਆਗਿਆ ਖੁਸ਼ੀ ਨਾਲ ਨਹੀਂ ਦਿੱਤੀ ਮਹਾਰਾਜ ਨੇ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ। ਪੁਰ ਮੈਂ ਬਰ ਕੈ ਉਰ ਮੈਂ ਹਰ ਖਾਬਾਰ ਹਿਰਨ ਨਾਰਿਨ ਰੂਪ ਅਪਾਰੈ। ਹੁਣ ਮਰਦਾਨਾ ਜੀ ਨਗਰ ਵਿੱਚ ਦਾਖਲ ਹੋਏ ਜੀ, ਤੇ ਜਦੋਂ ਨਗਰ ਵਿੱਚ ਦਾਖਲ ਹੋਏ ਨਾ ਜੀ, ਬੜੇ ਵਧੀਆ ਵਧੀਆ ਘਰ, ਤੇ ਮਰਦਾਨਾ ਜੀ ਨਗਰ ਵੇਖ ਵੇਖ ਕੇ ਖੁਸ਼ ਹੁੰਦੇ, ਤੇ ਇਹ ਜਿਹੜਾ ਢਾਕਾ ਨਗਰ ਹੈ ਨਾ, ਇਸ 'ਤੇ ਇਸਤਰੀਆਂ ਮੁਖੀ ਸਨ, ਇਸਤਰੀਆਂ ਮੁਖੀ ਸਨ ਜੀ। ਉਹ ਕਿਉਂ? ਉਹ ਸੁਣਿਓ ਜਰਾ। ਹਾਂਜੀ। ਤਰ ਪਾਤਰ ਮੂਲ ਉਖਾਰਨ ਕੋ ਕਰ ਨੀਸੀ ਅਹੈ ਵਿਭਚਾਰ ਬਿਹਾਰੈ। ਕਿਉਂ? ਉੱਥੋਂ ਦੀਆਂ ਇਸਤਰੀਆਂ ਦਾ ਇਹ ਵਿਵਹਾਰ ਸੀ, ਉਹ ਸ਼ੁਭ ਕੰਮ ਨਹੀਂ ਸੀ ਕਰਦੀਆਂ ਹੁੰਦੀਆਂ, ਪਰਾਏ ਪੁਰਖਾਂ 'ਤੇ ਨਜ਼ਰਾਂ ਰੱਖਦੀਆਂ ਹੁੰਦੀਆਂ ਸੀਗੀਆਂ ਜੀ। ਹੁਣ ਇਹ ਵੇਖੋ, ਕਿਤੇ ਪੁਰਸ਼ਾਂ ਦਾ ਇਹ ਹਾਲ ਹੈ, ਕਿਤੇ ਇਸਤਰੀਆਂ ਦਾ ਇਹ ਹਾਲ ਹੈ। ਹਾਂਜੀ। ਸਿਰ ਬਾਰ ਸਵਾਰ ਕੈ ਅੰਜਨ ਡਾਰ ਸ਼ਿੰਗਾਰ ਸੁਧਾਰ ਕਟਾਸ਼ ਨਿਹਾਰੈ। ਕਹਿੰਦੇ ਉੱਥੇ ਇਸਤਰੀਆਂ ਨਾ ਬਾਹਰ ਬਾਜ਼ਾਰ 'ਚ ਬੈਠੀਆਂ ਹੁੰਦੀਆਂ ਸਨ। ਜਦੋਂ ਭਾਈ ਮਰਦਾਨਾ ਜੀ ਗਏ ਉਦੋਂ ਵੀ ਐਸਾ ਹੀ ਹੋਇਆ, ਜਿਨ੍ਹਾਂ ਨੇ ਬੜਾ ਹਾਰ ਸ਼ਿੰਗਾਰ ਕੀਤਾ ਅਤੇ ਬਾਜ਼ਾਰ ਵਿੱਚ ਬੈਠੀਆਂ ਸਨ। ਹਾਂਜੀ। ਨਰ ਜੋ ਪਰਦੇਸੀ ਕਰੈ ਪਰਵੇਸ਼ ਬਸੀ ਕਰ ਲੈ ਤੈ ਮੰਤਰ ਉਚਾਰੈ। ਅਤੇ ਹੁਣ ਉਹਨਾਂ ਦਾ ਕੰਮ ਪਤਾ ਕੀ ਸੀਗਾ? ਉਹਨਾਂ ਇਸਤਰੀਆਂ ਨੇ ਵੇਖਣਾ ਇਹ ਜਿਹੜਾ ਪੁਰਸ਼ ਆ ਰਿਹਾ ਹੈ ਇਹ ਸਾਡੇ ਨਗਰ ਦਾ ਨਹੀਂ ਹੈ, ਅਤੇ ਬਾਹਰੋਂ ਆਇਆ ਹੈ, ਬਾਹਰੋਂ ਆਇਆ ਜਾਣ ਕੇ ਮੰਤਰ ਪੜ੍ਹ ਕੇ ਉਹਨੂੰ ਵੱਸ ਵਿੱਚ ਕਰ ਲੈਂਦੀਆਂ ਸਨ ਜੀ। ਅੱਜ ਕੇ ਆਖੋ ਵਾਹਿਗੁਰੂ। ਤੰਤਰਾਂ ਮੰਤਰਾਂ ਦਾ ਜ਼ੋਰ ਸੀਗਾ ਜੀ। ਹਾਂਜੀ। ਦੋਹਰਾ ਰਮਤ ਪੁਰਖ ਸੋ ਥਕਤ ਨਹਿ ਅਸ ਕੁਲਟਾ ਤਹਿਨਾਰ। ਕਹਿੰਦੇ ਇਹੋ ਜਿਹੀਆਂ ਕੁਲਟਾਂ ਸਨ, ਪੁੱਠੇ ਮੱਤ ਵਾਲੀਆਂ ਸਨ, ਪਰਾਏ ਪੁਰਸ਼ਾਂ ਦੇ ਉੱਤੇ ਨਿਗਾਹ ਰੱਖ ਕੇ ਮੰਤਰ ਪੜ੍ਹ ਕੇ ਉਹਨਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦੀਆਂ ਸਨ। ਹਾਂਜੀ। ਪਤ ਕੋ ਰੱਖੈ ਸਬਸ ਕਰ ਆਪ ਕਰੈ ਵਿਭਚਾਰ। ਤੇ ਫਿਰ ਪਤਾ ਕੀ ਕਰਨਾ ਜੀ? ਉਹਨਾਂ ਪੁਰਸ਼ਾਂ ਦੇ ਨਾਲ ਆਪਣੀ ਮਾਨਿਆਈ ਕਰਨੀ ਜੀ, ਮਾਨਿਆਈ ਕਰਨੀ, ਆਪਣੇ ਵੱਸ ਵਿੱਚ ਕਰ ਲੈਣਾ ਜੀ ਉਹਨਾਂ ਨੂੰ ਤੰਤਰਾਂ ਮੰਤਰਾਂ ਦੇ ਜ਼ੋਰ ਨਾਲ। ਉਹ ਤੁਸੀਂ ਸੁਣੀ ਸੀ ਨਾ ਕਥਾ, ਇੱਕ ਗੱਜ ਕੇ ਆਖੋ ਵਾਹਿਗੁਰੂ। ਦਸਵੇਂ ਪਾਤਸ਼ਾਹ ਮਹਾਰਾਜ ਕੋਲ ਅਨੰਦਪੁਰ ਸਾਹਿਬ ਇੱਕ ਸਿੱਖ ਆਇਆ ਜੀ, ਸਿੱਖ ਆਇਆ। ਉਹਨੇ ਕਿਤੋਂ ਹੋਰ ਕਿਸੇ ਕੋਲੋਂ ਲੈ ਕੇ ਕੁਝ ਛਕ ਲਿਆ ਉਹਦੀ ਭਤੀਜੀ ਨੇ, ਅਤੇ ਉਹਦੇ ਪਿੱਛੇ ਫਿਰ ਤੁਰਿਆ ਫਿਰਦਾ ਸੀਗਾ ਕੋਈ ਗੁਪਤ ਰੂਪ ਵਿੱਚ, ਅਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਫਿਰ ਸ਼ਾਂਤ ਕੀਤਾ ਸੀਗਾ ਉਹਨੂੰ ਜੀ। ਤੰਤਰਾਂ ਮੰਤਰਾਂ ਦਾ ਬਹੁਤ ਜ਼ੋਰ ਜੀ ਉੱਥੇ। ਹਾਂਜੀ। ਕਬਿਤ ਜਬ ਮਰਦਾਨਾਪੁਰ ਮੈਦਪੁਰ ਮੱਧ ਮੈਂ ਪਿਆਨਾ ਤਬ ਗਇਓ ਇੱਕ ਥਾਨ ਹਿਤ ਲੈਨ ਕੇ ਆਹਾਰਿਆ। ਹੁਣ ਜਦੋਂ ਭਾਈ ਮਰਦਾਨਾ ਜੀ ਚੱਲਦੇ ਚੱਲਦੇ ਨਗਰ ਦੇ ਵਿੱਚ ਘਾਰ ਚਲੇ ਗਏ, ਅਤੇ ਸੋਚਿਆ ਵੀ ਮੈਂ ਵੀ ਜਾ ਕੇ ਭੋਜਨ ਮੰਗਾਂ, ਪ੍ਰਸ਼ਾਦਾ ਮੰਗਾਂ। ਹਾਂਜੀ।
ਬੈਸੀ ਚਾਰੂ ਨਾਰ ਚਾਰ ਨੈਣ ਸੋ ਨਿਹਾਰ ਇਸ ਥਾਂ ਇਸ ਬਚਨ ਪਰਸ ਪਰ ਬਿਬਿਤ ਉਚਾਰਿਆ। ਕਹਿੰਦੇ ਉੱਥੇ ਚਾਰ ਬੀਬੀਆਂ ਬੈਠੀਆਂ ਸਨ, ਗੱਜ ਕੇ ਆਖੋ ਵਾਹਿਗੁਰੂ। ਜਦੋਂ ਮਰਦਾਨਾ ਜੀ ਭੋਜਨ ਛਕਣ ਵਾਸਤੇ ਮੰਗਣ ਵਾਸਤੇ ਗਏ, ਚਾਰ ਬੀਬੀਆਂ ਬੈਠੀਆਂ ਸਨ ਜਿਨ੍ਹਾਂ ਨੇ ਬੜਾ ਹਾਰ ਸ਼ਿੰਗਾਰ ਕੀਤਾ ਹੋਇਆ ਸੀਗਾ ਜੀ। ਹਾਂਜੀ, ਇੱਕ ਕਹੈ ਮੋਰੋ ਇਹ, ਦੂਜੀ ਕਹੈ ਮੀਤ ਮੋਹੇ, ਤੀਜੀ ਕਹੈ ਪੂਰਬ ਮੈਂ ਤੁਮ ਤੇ ਨਿਹਾਰਿਆ। ਪਹਿਲੀ ਨੇ ਵੇਖਿਆ ਤੇ ਪਹਿਲੀ ਕਹਿੰਦੀ ਵੀ ਇਹ ਤਾਂ ਮੇਰਾ ਹੈ, ਗੱਜ ਕੇ ਆਖੋ ਵਾਹਿਗੁਰੂ, ਸ਼ਿਕਾਰ ਬਣਾ ਲੈਂਦੀਆਂ ਸੀ ਜੀ, ਇਹ ਤਾਂ ਮੇਰਾ ਹੈ। ਦੂਜੀ ਕਹਿੰਦੀ ਨਹੀਂ ਨਹੀਂ ਇਹ ਮੇਰਾ ਮਿੱਤਰ ਹੈ। ਤੀਜੀ ਕਹਿੰਦੀ ਨਹੀਂ ਨਹੀਂ ਸਭ ਤੋਂ ਪਹਿਲਾਂ ਮੈਂ ਵੇਖਿਆ ਇਹ ਮੇਰਾ ਹੈ। ਚਾਰੇ ਬੀਬੀਆਂ ਬੈਠੀਆਂ ਆਪਸ 'ਚ ਲੜੀ ਜਾਣ, ਉਹ ਕਹਿੰਦੀ ਮੇਰਾ, ਭਾਈ ਮਰਦਾਨਾ ਜੀ ਜਦੋਂ ਆਏ, ਦੂਜੀ ਕਹਿੰਦੀ ਮੇਰਾ ਹੈ, ਤੀਜੀ ਕਹਿੰਦੀ ਪਹਿਲਾਂ ਤਾਂ ਮੈਂ ਵੇਖਿਆ ਇਹ ਮੇਰਾ ਹੈ। ਹਾਂਜੀ, ਚੌਥੀ ਉੱਠ ਤਾਤ ਕਾਲ ਤੰਤ ਗੇਰ ਗਰੀਬ ਮਾਹੇ ਲੀਨੋ ਕਰ ਮੇਡਾ ਦਾਮ ਦੀਨ ਘਰ ਡਾਰਿਆ। ਤੇ ਚੌਥੀ ਬੜੀ ਚਲਾਕ ਨਿਕਲੀ, ਉਹ ਮੰਤਰ ਪੜ੍ਹਦੀ ਗਈ ਤੇ ਬੜੀ ਛੇਤੀ ਦੇ ਨਾਲ ਭਾਈ ਮਰਦਾਨਾ ਜੀ ਦੇ ਗਲੇ ਵਿੱਚ ਨਾ ਉਹਨੇ ਇੱਕ ਧਾਗਾ ਪਾ ਦਿੱਤਾ ਤੇ ਮੰਤਰ ਪੜ੍ਹਿਆ ਤੇ ਭਾਈ ਮਰਦਾਨਾ ਜੀ ਭੇਡੂ ਬਣ ਗਏ ਜੀ ਉੱਥੇ ਜੀ। ਮੰਤਰਾਂ ਜੰਤਰਾਂ ਦਾ ਵੇਖ ਲਓ ਇੰਨਾ ਜ਼ੋਰ ਹੁੰਦਾ ਹੈ ਜੀ, ਭੇਡੂ ਬਣ ਗਏ ਜੀ। ਪਰ ਇੱਕ ਗੱਲ ਚੇਤਾ ਰੱਖਿਓ, ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਮਹਾਰਾਜ ਕਹਿੰਦੇ ਆ, ਨਮੋ ਜੰਤਰ ਜੰਤਰੰਗ, ਨਮੋ ਮੰਤਰ ਮੰਤਰੰਗ, ਨਮੋ ਤੰਤਰ ਤੰਤਰੰਗ। ਤੰਤਰਾਂ ਦਾ ਤੰਤਰ ਵੀ ਹੈ ਵਾਹਿਗੁਰੂ, ਉਹਦੇ ਤੋਂ ਉੱਤੇ ਤੰਤਰ ਕੋਈ ਨਹੀਂ, ਉਹਦੇ ਤੋਂ ਉੱਤੇ ਮੰਤਰ ਕੋਈ ਨਹੀਂ ਹੈ, ਉਹਦੇ ਤੋਂ ਉੱਤੇ ਜੰਤਰ ਕੋਈ ਨਹੀਂ ਹੈ। ਭਾਈ ਮਰਦਾਨਾ ਜੀ ਨੂੰ ਭੇਡੂ ਬਣਾ ਦਿੱਤਾ ਜੀ। ਹਾਂਜੀ, ਸਵਈਆ ਮਾਨਵ ਦੇਹ ਗਈ ਪਲਟੀ ਤਬ ਐਂਡਕ ਰੂਪ ਸੁਦਿਸਨ ਲਾਗਾ। ਮਨੁੱਖਾ ਸਰੀਰ ਪਲਟ ਗਿਆ ਤੇ ਭਾਈ ਮਰਦਾਨਾ ਜੀ ਪਿਆਰਿਓ ਭੇਡੂ ਵਾਂਗੂ ਬਹਿ ਗਏ ਤੇ ਭੇਡੂ ਵਾਲਾ ਸਰੀਰ ਹੋ ਗਿਆ ਜੀ ਉਹਨਾਂ ਦਾ ਜੀ। ਭਾਈ ਮਰਦਾਨਾ ਜੀ ਦਾ ਮਨੁੱਖਾ ਸਰੀਰ ਪਲਟ ਗਿਆ ਜੀ, ਕਮਾਲ ਦੀ ਗੱਲ, ਇੰਨਾ ਉਹਨਾਂ ਤੰਤਰਾਂ ਮੰਤਰਾਂ 'ਚ ਅਸਰ ਸੀਗਾ ਜੀ। ਹਾਂਜੀ, ਗਰੀਬ ਮੈਂ ਗੇਰ ਕੈ ਦਾਮਨ ਬੰਧਨ ਬਾਂਧ ਦਿਓ ਕਿਲ ਕੰਕਨ ਜਿਨ ਭਾਗਾ। ਕਹਿੰਦੇ ਆ ਫਿਰ ਗਿੱਚੀ 'ਚ ਉਹ ਤਵੀਤ ਪਾਇਆ ਸੀ, ਉੱਥੇ ਹੀ ਰੱਸੀ ਫੜੀ ਇੱਕ, ਭਾਈ ਮਰਦਾਨਾ ਜੀ ਨੂੰ ਕੋਈ ਹੋਸ਼ ਨਹੀਂ ਸੀ ਉਦੋਂ, ਰੱਸੀ ਦੇ ਨਾਲ ਸਾਧ ਸੰਗਤ ਜੀ ਬੰਨਿਆ ਤੇ ਲਾਗੇ ਰੁੱਖ ਨਾ ਬੰਨ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਉਹ ਬੀਬੀ ਨੇ ਕਰਨਾ ਕੀ ਸੀਗਾ, ਆਪਣੇ ਘਰ ਲਿਜਾ ਕੇ ਬੰਨਣਾ ਸੀ ਤੇ ਫਿਰ ਸਹੀ ਕਰਕੇ ਆਪਣੀ ਮਨਿਆਈ ਕਰਨੀ ਸੀ ਉਹਨੇ ਜੀ। ਹੁਣ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਬਚਨ ਤੋਂ ਲਾਂਭੇ ਹੋਏ, ਇਹ ਵੀ ਬੇਨਤੀ ਹੈ ਮਹਾਰਾਜ ਦੀ, ਮਾਇਆ ਹੀ ਹੈ, ਹੈ ਹੋਰ ਕੁਝ ਵੀ ਨਹੀਂ ਹੈ। ਹਾਂਜੀ, ਰੂਪੇ ਹੈ ਤੇ ਸੁਖ ਰੂਪ ਪਯੋ ਪੁੰਨ ਮਾਰਤ ਨਾਸਨ ਸੋ ਫੁਰੜਾਗਾ। ਕਹਿੰਦੇ ਰੂਪ ਤੋਂ ਕਰੂਪ ਹੋ ਗਏ ਮਰਦਾਨਾ ਜੀ ਤੇ ਭੱਜਣ ਵਾਸਤੇ ਫਰਾਟੇ ਮਾਰਨ ਲੱਗੇ, ਪਰ ਫਿਰ ਗੱਲ ਨਾ ਬਣੇ ਜੀ, ਹੁਣ ਕੌਣ ਸੁਣੇ ਜੀ। ਹਾਂਜੀ, ਜਾਨਤ ਹੈ ਮਨ ਮੈਂ ਸਭ ਹੀ ਸੁਧ ਜੋਰ ਚਲੈਨ ਹੈ ਬੰਦ ਜੇ ਤਿਆਗਾ। ਹੁਣ ਮਨ ਵਿੱਚ ਪਤਾ ਲੱਗਾ ਵੀ ਮੈਨੂੰ ਗੁਰੂ ਸਾਹਿਬ ਕਿਉਂ ਕਹਿੰਦੇ ਸੀ ਵੀ ਇਸ ਨਗਰ 'ਚ ਨਹੀਂ ਜਾਣਾ ਜੀ, ਇਸ ਨਗਰ ਵਿੱਚ ਨਹੀਂ ਜਾਣਾ। ਹੁਣ ਜ਼ੋਰ ਲਾਉਂਦੇ ਆ ਪਰ ਛੁੱਟਿਆ ਨਹੀਂ ਜਾਂਦਾ ਜੀ। ਹਾਂਜੀ, ਪੂਰਬ ਸੂਰਤ ਹੈ ਉਰ ਮੈਂ ਤੇ ਧੂਰਤ ਕੀ ਨ ਮੈਥੋ ਅਨ ਜਾਨਾ। ਕਹਿੰਦੇ ਦਿਲ ਵਿੱਚ ਬੜੇ ਝੂਰਦੇ ਇਸਤਰੀਆਂ ਨੇ ਮਾਇਆ ਦਾ ਜਾਲ ਐਸਾ ਪਾਇਆ, ਬਸ ਭਾਈ ਮਰਦਾਨਾ ਜੀ ਨੂੰ ਵਹਿੰਦਿਆਂ ਵਹਿੰਦਿਆਂ ਮੂਰਖ ਬਣਾ ਦਿੱਤਾ ਜੀ ਉਹਨਾਂ ਨੇ ਜੀ। ਭੇਡੂਆਂ ਵਾਲਾ
ਭਾਈ ਸੰਤੋਖ ਸਿੰਘ ਦੱਸਦੇ ਸਰੀਰ ਹੀ ਬਣਾ ਦਿੱਤਾ ਜੀ, ਤੰਤਰਾਂ ਮੰਤਰਾਂ ਦੀ ਇੰਨੀ ਤਾਕਤ ਹੁੰਦੀ ਹੈ ਜੀ। ਰਾਜਾ ਮਾਨ ਸਿੰਘ ਗਿਆ ਸੀਗਾ, ਉਹਦਾ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਗਏ, ਉਹ ਤੋਂ ਪਹਿਲਾਂ ਤੁਸੀਂ ਕਥਾ ਸੁਣੀ, ਬਸ ਫੁੱਲ ਹੀ ਸੰਘਾਇਆ ਜੀ, ਅਤੇ ਫੁੱਲ ਸੰਘਾ ਕੇ ਬਸ ਉਸੇ ਵੇਲੇ ਮਾਰ ਸੁੱਟਿਆ ਸੀ ਬੀਬੀ ਨਹੀਂ ਦੀ ਇੱਕ ਜੀ। ਜਿਹੜਾ ਰਾਜਾ ਕਈ ਫੌਜਾਂ ਕੋਲੋਂ ਨਹੀਂ ਮਰਿਆ, ਇੱਕ ਬੀਬੀ ਨੇ ਫੁੱਲ ਸੰਘਾ ਕੇ ਮਾਰਤਾ ਜੀ ਉਦੋਂ ਜੀ। ਭਾਈ ਮਰਦਾਨਾ ਜੀ ਪਛਤਾਉਣ ਮਨ ਵਿੱਚ, ਨਾਨਕ ਬੈਨ ਨਾ ਮਾਨੇ ਮਨੰਗ ਦੁੱਖ ਜਾਂ ਤੇ ਸਹਾਰ ਹੋ ਆਪਣੇ ਪਾਨਾ, ਕਹਿੰਦੇ ਹੁਣ ਨਾ ਭਾਈ ਮਰਦਾਨਾ ਜੀ ਕਹਿੰਦੇ ਮੈਂ ਬਾਰ ਬਾਰ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਦਾ, ਬਚਨ ਨਾ ਮੰਨਣ ਕਰਕੇ ਮੈਨੂੰ ਦੁੱਖ ਫਿਰ ਸਹੇੜਨਾ ਪੈਂਦਾ ਹੈ। ਹਾਂਜੀ, ਜੌਨ ਹੀ ਤੂੰ ਕੋ ਨਾ ਮਾਨਤ ਬੈਨ ਕੋ ਪ੍ਰਾਪਤ ਹੋਵੇ ਦੁੱਖ ਮੋਹੇ ਸਮਾਨਾ। ਤੇ ਭਾਈ ਸੰਤੋਖ ਸਿੰਘ ਜੀ ਵੀ ਦੱਸਦੇ ਕਹਿੰਦੇ ਭਾਈ ਜਿਹੜੇ ਪੁਰਸ਼ ਸਤਿਗੁਰੂ ਜੀ ਦਾ ਬਚਨ ਸਮਝਦੇ ਐਵੇਂ ਹੀ ਹੈ ਅਤੇ ਸਾਡੇ ਭਲੇ ਵਿੱਚ ਨਹੀਂ ਹੈ, ਫਿਰ ਉਹਨਾਂ ਨੂੰ ਦੁੱਖ ਮਿਲਦਾ ਹੈ। ਕੋਈ ਵੀ ਬਚਨ ਹੋਵੇ ਨਾ ਸਾਧ ਸੰਗਤ ਜੀ ਮਹਾਰਾਜ ਦਾ, ਅਤੇ ਕੀ ਸਮਝਣਾ ਸਾਡੇ ਭਲੇ ਵਾਸਤੇ ਹੈ। ਗੱਜ ਕੇ ਆਖੋ ਵਾਹਿਗੁਰੂ, ਇਹ ਬਚਨ 'ਚ ਸਾਡਾ ਭਲਾ ਹੈ, ਸਾਡਾ ਭਲਾ ਹੈ, ਇਹ ਬਚਨ ਨਾ ਸਾਡੇ ਭਲੇ ਵਾਸਤੇ ਹੈ। ਹਾਂਜੀ, ਦੇਸ਼ ਨਿਕੇਤ ਕਹਾ ਹਮਰੋ ਕਿਤ ਆਨ ਫਸਿਓ ਪਰਦੇਸ਼ ਸਥਾਨਾ। ਤੇ ਭਾਈ ਮਰਦਾਨਾ ਜੀ ਸੋਚਦੇ ਵੀ ਪਰਦੇਸ਼ 'ਚ ਆਏ ਹਾਂ, ਨਾ ਕੋਈ ਜਾਣਦਾ, ਭੇਡੂ ਵਾਲਾ ਦੇਹ ਬਣੀ ਪਈ ਹੈ, ਹੁਣ ਮੈਂ ਵਿੱਚੋਂ ਕਿਵੇਂ ਛੁੱਟਾਂ ਇਹਦੇ। ਹਾਂਜੀ, ਕੌਣ ਬਤਾਵੇ ਹੈ ਜਾਏ ਅਬੈ ਸੁਧ ਆਨ ਛੁਡਾਵੇ ਹੈ ਮੋ ਪ੍ਰਭ ਜੇਉ। ਗੱਜ ਕੇ ਆਖੋ ਵਾਹਿਗੁਰੂ, ਹੁਣ ਕੌਣ ਬਤਾਵੇ ਹੈ ਜਾਏ ਅਬੈ ਸੁਧ। ਭਾਈ ਮਰਦਾਨਾ ਜੀ ਕਹਿੰਦੇ ਹੈ ਕੋਈ ਤਾਂ ਇੱਥੇ ਹੋਵੇ ਜਿਹੜੇ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਨੂੰ ਦੱਸਣ ਵੀ ਮੈਂ ਕੀ ਬਣਿਆ ਹੋਇਆ ਹੈ, ਕੋਈ ਤਾਂ ਹੋਵੇ ਜਿਹੜਾ ਦੱਸੇ। ਆਨ ਛੁਡਾਵੇ ਹੈ ਮੋ ਪ੍ਰਭ ਜੇਉ, ਅਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੂੰ ਪਤਾ ਲੱਗੇ ਅਤੇ ਮਹਾਰਾਜ ਆ ਕੇ ਮੈਨੂੰ ਛਡਾਉਣ ਇਹਨਾਂ ਦੇ ਚੱਕਰ ਤੋਂ। ਹਾਂਜੀ, ਬੋਲਣ ਕੀ ਸ਼ਕਤੀ ਨਾ ਰਹੀ ਮੁਝ ਬੈਨ ਪੁਕਾਰ ਕਹੋਂ ਬਿਦ ਕੇਉ। ਤੇ ਭਾਈ ਮਰਦਾਨਾ ਜੀ ਸੋਚਦੇ ਵੀ ਹੁਣ ਤੇ ਬੋਲਣ ਦੀ ਤਾਕਤ ਵੀ ਨਹੀਂ ਹੈਗੀ, ਵੀ ਆਵਾਜ਼ ਮਾਰ ਕੇ ਸੱਦ ਲਾਂ ਵੀ ਆ ਜਾਓ, ਹੁਣ ਤਾਂ ਬੋਲ ਵੀ ਨਹੀਂ ਸਕਦਾ ਵੀ ਕੋਈ ਮਨੁੱਖ ਆ ਕੇ ਤੇ ਬਚਾਵੇ ਜਾਂ ਮੈਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁਕਾਰ ਕਰਾਂ। ਹਾਂਜੀ, ਕੈਸੇ ਛੁਟੋ ਚਿੱਤ ਵਿੱਚ ਵਿਚਾਰਤ ਆਤੁਰਤਾ ਉਰਧਾਰਤ ਏਉ। ਕਹਿੰਦੇ ਮਨ 'ਚ ਸੋਚਦੇ ਵੀ ਹੁਣ ਮੈਂ ਛੁੱਟਾਂ ਕਿਵੇਂ, ਬੜੇ ਮਨ 'ਚ ਦੀਨ ਹੋ ਗਏ ਭਾਈ ਮਰਦਾਨਾ ਜੀ। ਹਾਂਜੀ, ਜਾਨਤ ਜੋ ਸਭ ਕੇ ਘੱਟ ਅੰਤਰ ਤੋਂ ਅਬ ਸ੍ਰੀ ਪ੍ਰਭ ਆਨ ਛੁਟੇਉ। ਗੱਜ ਕੇ ਆਖੋ ਵਾਹਿਗੁਰੂ, ਹੁਣ ਭਾਈ ਮਰਦਾਨਾ ਜੀ ਉਸ ਸਰੀਰ 'ਚ ਪਏ, ਸਾਧ ਸੰਗਤ ਸੋਚੀ ਜਾਂਦੇ ਹੈ ਵੀ ਹੁਣ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਛਡਾਉਣਾ ਹੈ, ਅਤੇ ਅੰਤਰ ਆਤਮੇ ਮਹਾਰਾਜ ਨੂੰ ਬੇਨਤੀਆਂ ਕਰੀ ਜਾਂਦੇ ਆ, ਮਹਾਰਾਜ ਮੈਂ ਭੇਡੂ ਬਣ ਗਿਆ ਜੇ, ਮਹਾਰਾਜ ਬੀਬੀਆਂ ਨੇ ਪਾ ਲਿਆ ਜੰਤਰ ਮੰਤਰ ਦਾ ਜ਼ੋਰ, ਮਹਾਰਾਜ ਹੁਣ ਮੈਨੂੰ ਬਚਾਓ ਸੱਚੇ ਪਾਤਸ਼ਾਹ। ਹਾਂਜੀ, ਦੋਹਰਾ ਇਹ ਬਿਦ ਉਰ ਮਹਿ ਧਾਰ ਕੈ ਦਹਿ ਦਿਸ਼ ਸੋ ਦ੍ਰਿਗ ਦੀਨ। ਹੁਣ ਭਾਈ ਮਰਦਾਨਾ ਜੀ ਆਪਣੇ ਮਨ ਵਿੱਚ ਬੇਨਤੀ ਕਰਕੇ ਨਾ ਸੱਚੇ ਪਾਤਸ਼ਾਹ ਨੂੰ, ਅਤੇ ਪਿਆਰਿਓ ਬਾਹਰ ਵੱਲ ਨੂੰ ਨਾ ਜੀ ਨੇਤਰ ਲਾ ਲਏ ਵੀ ਮਹਾਰਾਜ ਹੁਣ ਕਦੋਂ ਆਉਣਗੇ ਮੇਰੀ ਅਰਦਾਸ ਸੁਣ ਕੇ। ਹਾਂਜੀ,
ਆਵਨ ਗੁਰ ਕੋ ਹੇਰਈ ਪ੍ਰੇਮ ਚਰਨ ਕੋ ਲੀ ਕੀਨ। ਤੇ ਬਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਇੰਤਜ਼ਾਰ ਕਰਦੇ ਆ ਵੀ ਮਹਾਰਾਜ ਹੁਣ ਕਦੋਂ ਆਉਣਗੇ ਸੱਚੇ ਪਾਤਸ਼ਾਹ, ਹੁਣ ਮੈਨੂੰ ਕਦੋਂ ਛਡਾਉਣਗੇ ਜਿੱਥੇ ਅਵਗਟ ਗਲੀਆਂ ਪੀੜੀਆਂ ਜਿੱਥੇ ਹਰ ਹਰ ਮੁਕਤ ਕਰਾਏ। ਹਾਂਜੀ। ਸਵਈਆ ਦੋਏ ਮਹੂਰਤ ਬੀਤ ਗਏ ਜਬ ਸ੍ਰੀ ਗੁਰ ਬੈਨ ਕਹਿ ਸੁਨ ਬਾਲਾ। ਜਦੋਂ ਦੋ ਕੁ ਮਹੂਰਤ ਬੀਤ ਗਏ ਨਾ, ਦੋ ਘੜੀਆਂ ਬੀਤ ਗਈਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲਾ ਜੀ ਨੂੰ ਕਹਿਣ ਲੱਗੇ। ਹਾਂਜੀ। ਅਨਹੇ ਤਾਹੇ ਅਬੈ ਚੱਲ ਕੈ ਉੱਠ ਠੰਡ ਪਏ ਸੁਖ ਦਾ ਤਤ ਕਾਲਾ। ਮਹਾਰਾਜ ਕਹਿੰਦੇ ਬਾਲਿਆ ਅਸੀਂ ਆਏ, ਇਹ ਕਹਿ ਕੇ ਮਹਾਰਾਜ ਉੱਠ ਖਲੋਤੇ। ਸੱਚੇ ਪਾਤਸ਼ਾਹ ਰੁੱਖ ਦੇ ਹੇਠਾਂ ਬੈਠੇ ਸਨ, ਮਹਾਰਾਜ ਉੱਠ ਕੇ ਕਹਿੰਦੇ ਬਾਲਿਆ ਅਸੀਂ ਹੁਣੇ ਆਏ। ਹਾਂਜੀ। ਹੈ ਕਿਹ ਥਾਨ ਚਲ ਚੱਲੇ ਕੇਵ ਆਪ ਬਤਾਵ ਹੋ ਬੂਝੇ ਮੈਂ ਐਸ ਕਿਰਪਾਲਾ। ਤੇ ਭਾਈ ਬਾਲਾ ਜੀ ਕਹਿੰਦੇ ਵੀ ਮੈਂ ਫਿਰ ਗੁਰੂ ਸਾਹਿਬ ਨੂੰ ਪੁੱਛਿਆ ਵੀ ਮਹਾਰਾਜ ਆਪ ਜੀ ਕਿੱਥੇ ਚੱਲੇ ਸੱਚੇ ਪਾਤਸ਼ਾਹ, ਇੱਕਦਮ ਹੀ ਉੱਠ ਕੇ ਚੱਲ ਪਏ। ਹਾਂਜੀ। ਇੰਡਕ ਕੀਨ ਪਾਇਓ ਮਨ ਦੀਨ ਕੁਮੰਤਰਣ ਕੋ ਤਿੰਨ ਬੰਧਨ ਕਾਲਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਲਿਆ ਆਪਣਾ ਮਰਦਾਨਾ ਭੇਡੂ ਬਣ ਗਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਆਪਣਾ ਮਰਦਾਨਾ ਭੇਡੂ ਬਣਿਆ ਪਿਆ, ਤੰਤਰਾਂ ਮੰਤਰਾਂ ਦੇ ਜ਼ੋਰ ਦੇ ਨਾਲ ਉਹਨੂੰ ਭੇਡੂ ਬਣਾ ਦਿੱਤਾ, ਪਹਿਲਾਂ ਬਚਨ ਨਹੀਂ ਮੰਨਿਆ ਹੁਣ ਭੇਡੂ ਬਣਿਆ। ਹਾਂਜੀ। ਮਰਹਰੀ ਛੰਦ ਪਾਨਹੀ ਬਚ ਬਾਲਾ ਇਉ ਤਹਿ ਨਾਲਾ ਚਾਹੇ ਸੁਣੋ ਕਿਰਪਾਲ। ਤੇ ਭਾਈ ਬਾਲਾ ਜੀ ਪਤਾ ਮਹਾਰਾਜ ਨੂੰ ਕੀ ਕਹਿਣ ਲੱਗੇ, ਮਹਾਰਾਜ ਚਲੇ ਜਾਓ ਪਰ ਥੋੜ੍ਹਾ ਸਮਾਂ ਰੁਕ ਜਾਓ ਸੱਚੇ ਪਾਤਸ਼ਾਹ, ਅਜੇ ਮਹਾਰਾਜ ਬੜੇ ਰਹਿਣ ਦਿਓ ਸੱਚੇ ਪਾਤਸ਼ਾਹ ਭੇਡੂ ਹੀ। ਹਾਂਜੀ। ਤਬ ਤੁਮਨੈ ਹਟਕਿਓ ਮਨ ਮਨ ਨਾ ਅਟਕਿਓ ਛਟਕਿਓ ਪੁਨ ਤਤਕਾਲ। ਤਬ ਤੁਮਨੈ ਹਟਕਿਓ ਮਨ ਨਾ ਅਟਕਿਓ ਛਟਕਿਓ ਪੁਰ ਤੁਰਕਾਨ। ਸੱਚੇ ਪਾਤਸ਼ਾਹ ਮਹਾਰਾਜ ਤਤਕਾਲ, ਮਹਾਰਾਜ ਤੁਸੀਂ ਸਮਝਾਇਆ ਇਹ ਸਮਝੇ ਨਹੀਂ ਤੇ ਮਹਾਰਾਜ ਉਰੋਂ ਤਾਂ ਛੇਤੀ ਛੇਤੀ ਚਲੇ ਗਏ। ਹਾਂਜੀ। ਕੋ ਚਿਰ ਦੁੱਖ ਦੀਜੈ ਮੋਖ ਨਾ ਕੀਜੈ ਜਾਣਹਿ ਤਬ ਮਨ ਮਾਹਿ। ਮਹਾਰਾਜ ਅਜੇ ਨਾ ਛਡਾਇਓ ਸੱਚੇ ਪਾਤਸ਼ਾਹ, ਕੁਝ ਸਮਾਂ ਵੇਖ ਲੈਣ ਦਿਓ ਉਹਨਾਂ ਨੂੰ ਤਾਂ ਕਿ ਮਹਾਰਾਜ ਅੱਗੇ ਤੋਂ ਐਸਾ ਨਾ ਕਰਨ, ਅਸੀਂ ਬੜੀ ਬੜੀ ਦੂਰ ਜਾਣਾ ਮਹਾਰਾਜ ਆਪ ਜੀ ਨਾਲ। ਹਾਂਜੀ। ਬਹੁਰ ਨਾ ਬਚ ਹੋ ਰਹੇ ਕਹੋ ਸੋ ਲੋ ਰਹੇ ਆਹੇ ਸੇ ਮੁਖੀ ਤਤ ਤਾਹੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਫਿਰ ਇੱਕ ਵਾਰੀ ਹੁਣ ਤੁਸੀਂ ਕੁਝ ਸਮਾਂ ਰਹਿਣ ਦੋਗੇ ਨਾ, ਫਿਰ ਮਹਾਰਾਜ ਬਾਅਦ ਵਿੱਚ ਤੁਹਾਡਾ ਬਚਨ ਨਹੀਂ ਮੋੜਨਗੇ ਮਹਾਰਾਜ, ਫਿਰ ਤਤਕਾਲ ਹੀ ਬਚਨ ਮੰਨਿਆ ਕਰਨਗੇ ਆਪ ਜੀ ਦਾ। ਹਾਂਜੀ। ਸੁਣੀਏ ਸ਼ਰੁਤ ਬਾਲਾ ਬੁੱਧ ਵਿਸਾਲਾ ਸੰਗ ਲਏ ਕੀ ਲਾਜ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਬਾਲੇ ਸਾਡੀ ਗੱਲ ਸੁਣ, ਮਰਦਾਨਾ ਜਿਹੋ ਜਿਹਾ ਵੀ ਹੈ ਨਾ ਅਸੀਂ ਨਾਲ ਲਿਆ। ਮਹਾਰਾਜ ਕਹਿੰਦੇ ਤੇ ਨਾਲ ਲਏ ਦੀ ਨਾ ਲਾਜ ਹੁੰਦੀ ਹੈ। ਲਾਜ ਦਾ ਅਰਥ ਪਤਾ ਕੀ ਹੁੰਦਾ ਹੈ, ਗਲਤ ਕੰਮ ਭਾਵੇਂ ਦੂਜੇ ਨੇ ਵੀ ਕਰਤਾ ਪਰ ਜਿਹਦੀ ਲਾਜ ਹੋਵੇ ਨਾ ਫਿਰ ਸਾਂਝਾ ਹੀ ਬਣਦਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਉਂਕਿ ਉਹਦੀ ਲਾਜ ਹੈ ਨਾ, ਉਹਦੀ ਲਾਜ ਹੈ। ਮਹਾਰਾਜ ਕਹਿੰਦੇ ਮਰਦਾਨੇ ਕੋਲ ਗਲਤੀ ਹੋ ਗਈ ਪਰ ਹੁਣ ਕਰਨਾ ਤੇ ਠੀਕ ਸਾਨੂੰ ਪੈਣਾ ਨਾ, ਮਹਾਰਾਜ ਕਹਿੰਦੇ। ਹਾਂਜੀ। ਬਹੁ ਭੁੱਖ ਸੁਭਾਉ ਧੀਰੋ ਨਸਾਉ। ਮਹਾਰਾਜ ਕਹਿੰਦੇ ਕੋਈ ਨੀ ਉਹਦਾ ਸੁਭਾਅ ਹੈ, ਉਹਨੂੰ ਭੁੱਖ ਲੱਗਦੀ ਹੈ ਤੇ ਉਹ ਧੀਰਜ ਨਹੀਂ ਧਾਰਦਾ। ਹਾਂਜੀ। ਪੁਨ ਤਹਿ ਸੋ ਹਮ ਕਾਜ। ਪਰ ਮਹਾਰਾਜ ਕਹਿੰਦੇ ਬਾਲੇ ਇੱਕ ਗੱਲ ਦਾ ਚੇਤਾ ਰੱਖ, ਮਰਦਾਨੇ ਨਾਲ ਸਾਨੂੰ ਬੜਾ ਕੰਮ ਹੈ। ਮਹਾਰਾਜ ਕਹਿੰਦੇ ਕਿਉਂ,
ਬਾਰ ਬਾਰ ਕਹਿਣਾ ਮਰਦਾਨੇ ਛੇਰ ਤਾਰ ਬਾਣੀ ਆਈ ਹੈ, ਇਹ ਧੁਰੋਂ ਬਖਸ਼ਾ ਕੇ ਨਾਲ ਲਏ ਹੈ। ਹਾਂਜੀ, ਸਿਮਰਨ ਮਮ ਕਰਤਾ ਅਬ ਉਹ ਡਰਤਾ ਚਲਹੋ ਛੁਟਾ ਵਹਿ ਤਾਸ। ਮਹਾਰਾਜ ਕਹਿੰਦੇ ਮਰ ਬਾਲਿਆ ਮਰਦਾਨਾ ਸਾਨੂੰ ਭੇਡੂ ਬਣਿਆ ਚਾਤ ਬੜਾ ਕਰਨ ਦਿਆ, ਕਹਿੰਦੇ ਬਾਰ ਬਾਰ ਬੇਨਤੀਆਂ ਕਰਨ ਦਿਆ ਸਾਨੂੰ ਖਿੱਚ ਪੈ ਰਹੀ ਹੈ। ਮਹਾਰਾਜ ਕਹਿੰਦੇ ਚੱਲ ਮਰਦਾਨੇ ਦਾ ਦੁੱਖ ਦੂਰ ਕਰੀਏ। ਹਾਂਜੀ, ਇਉਂ ਕਹਿ ਗੁਰਪੂਰਨ ਗਵਨੇ ਤੂਰਨ ਦੁੱਖ ਭੰਜਨ ਨਿਜ ਦਾਸ। ਪੂਰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਇਹ ਬਚਨ ਕਰਕੇ ਤੇ ਮਹਾਰਾਜ ਉਸੇ ਸਮੇਂ ਤੁਰ ਪਏ ਆਪਣੇ ਸਿੱਖਾਂ ਦਾ ਦੁੱਖ ਦੂਰ ਕਰਨ ਵਾਸਤੇ। ਹਾਂਜੀ, ਕਬਿਤ ਮੋਕੋਲੀ ਨੋ ਸੰਗ ਅਰ ਬਿੰਦ ਨੈਣ ਗਏ ਤਾਂ ਇੰਡਗੋ ਕੋ ਰੂਪ ਮਰਦਾ ਨਾ ਜਹਾਂ ਬੈਸਿਆ। ਕਹਿੰਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ 'ਚ ਸੋਟਾ, ਮਹਾਰਾਜ ਅੱਗੇ ਅੱਗੇ ਚੱਲਣ ਅਤੇ ਮੈਂ ਮਹਾਰਾਜ ਦੇ ਪਿੱਛੇ ਪਿੱਛੇ, ਕਿਸੇ ਕੋ ਮਹਾਰਾਜ ਨੇ ਪੁੱਛਿਆ ਨਹੀਂ। ਨਗਰ ਵਿੱਚ ਸੱਚੇ ਪਾਤਸ਼ਾਹ ਗਏ ਅਤੇ ਮਹਾਰਾਜ ਉਸ ਥਾਂ 'ਤੇ ਪਹੁੰਚ ਗਏ ਜਿੱਥੇ ਭਾਈ ਮਰਦਾਨੇ ਨੂੰ ਭੇਡੂ ਬਣਾ ਕੇ ਰੱਖਿਆ ਸੀਗਾ, ਬੰਨਿਆ ਸੀਗਾ ਜੀ, ਬੰਨਿਆ ਸੀਗਾ। ਹਾਂਜੀ, ਹੇਰ ਕਰ ਦੂਰ ਹੀ ਤੇ ਪੂਰ ਹਰ ਖਾਏ ਉੱਠਿਓ ਨਾਸਾ ਫੁਰ ਕਾਏ ਖੁਰ ਅਵਨੀ ਹਨੇਸਿਆ। ਤੇ ਭਾਈ ਬਾਲਾ ਜੀ ਨੇ ਦ੍ਰਿਸ਼ ਵੇਖਿਆ ਤੇ ਦੱਸਣ ਦੇ ਗੁਰੂ ਅੰਗਦ ਸਾਹਿਬ ਨੂੰ, ਕਹਿੰਦੇ ਮਹਾਰਾਜ ਮੈਂ ਵੇਖਿਆ ਜਿਹੜੇ ਭੇਡੂ ਵਾਹਿਗੁਰੂ ਭਾਈ ਮਰਦਾਨਾ ਜੀ ਭੇਡੂ ਦੇ ਰੂਪ 'ਚ ਸਨ ਨਾ, ਅਤੇ ਜਦੋਂ ਵੇਖ ਲਿਆ ਵੀ ਹੁਣ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰੇ ਮਾਲਕ ਆ ਗਏ ਹੈ, ਭੇਡੂ ਦੇ ਸਰੀਰ 'ਚ ਮਾਰਨ ਲੱਗ ਪਏ ਫੜਾਕੇ ਜੀ, ਗੱਜ ਕੇ ਆਖੋ ਵਾਹਿ ਖੁਸ਼ ਹੋ ਗਏ ਜੀ। ਕਿਉਂ ਖੁਸ਼ ਹੋ ਗਏ? ਵੀ ਮੈਨੂੰ ਛਡਾਉਣ ਵਾਲੇ ਆ ਗਏ ਹੈ। ਹਾਂਜੀ, ਭਇਆ 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 ਭਨੈ ਮੁਖ ਔਰ ਨਾ ਚਲੈ ਹੈ ਬਸ ਦੇਖ ਦ੍ਰਿਖ ਬਿਗ ਸਤ ਬਦਨ ਕੁਸੇਸਿਆ। ਕਹਿੰਦੇ ਭੈ ਭੈ ਕਰਨ ਲੱਗ ਪਏ ਸਰੀਰ ਚੋਂ, ਵਸ ਨਹੀਂ ਸੀ ਚੱਲਦਾ ਵੀ ਮਹਾਰਾਜ ਦੇ ਚਰਨਾਂ 'ਚ ਮੱਥਾ ਰੱਖ ਦੇਣਾ, ਬੱਝੇ ਪਏ ਤੇ ਬੜੇ ਖੁਸ਼ੀ ਦੇ ਨਾਲ ਸਿਰ ਮਾਰਨ ਭੈ ਭੈ ਕਰਨ। ਹਾਂਜੀ, ਗਏ ਤਿਸ ਆਲੇ ਦਿਆਲ ਦਰ ਠਾਂਡੇ ਪਏ ਸੁੰਦਰ ਸਰੀਰ ਚੀਰ ਸਜੇ ਸੁਭ ਬੈਸਿਆ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁੰਦਰ ਬਸਤਰ ਪਾਏ, ਮਹਾਰਾਜ ਦਰਵਾਜ਼ੇ 'ਚ ਖਲੋ ਗਏ ਜਾ ਕੇ ਜੀ, ਅਤੇ ਆਸਾ ਹੱਥ ਵਿੱਚ ਸੀਗਾ। ਮਹਾਰਾਜ ਨੇ ਸੋਟੇ ਨਾਲ ਇਸ ਤਰ੍ਹਾਂ ਆਸੇ ਨਾਲ ਸੋਟੇ ਨਾਲ ਇਸ ਤਰ੍ਹਾਂ ਦੋ ਤਿੰਨ ਵਾਰੀ ਸੋਟਾ ਜ਼ਮੀਨ 'ਤੇ ਮਾਰਿਆ। ਭਾਈ ਮਰਦਾਨਾ ਜੀ ਸਾਹਮਣੇ ਬੜੇ ਖੁਸ਼, ਭਾਈ ਬਾਲਾ ਜੀ ਕਹਿੰਦੇ ਮੈਂ ਪਿੱਛੇ ਖਲੋਤਾ ਸਾਂ ਮਹਾਰਾਜ ਦੇ। ਹਾਂਜੀ, ਕਾਮਨੀ ਜੇ ਕਾਮਰਤ ਭੋਗ ਅਬਿਲਖ ਔਰ ਹੇਰ ਕਰ ਧਾਮ ਦਾਰਕ ਚਾਮਲੀ ਅਪਾਰ ਹੀ। ਗੁਰੂ ਜੀ ਨੇ ਮੈਨੂੰ ਇਸ਼ਾਰਾ ਕੀਤਾ, ਮੈਂ ਵੀ ਅੱਗੇ ਹੋ ਗਿਆ ਅਤੇ ਦੱਸਣ ਦੇ ਹੈ, ਕਹਿੰਦੇ ਮਹਾਰਾਜ ਉਸ ਸਮੇਂ ਨਾ ਉੱਥੇ ਜਿਹੜੀਆਂ ਇਸਤਰੀਆਂ ਬੈਠੀਆਂ ਸਨ ਉਹ ਬੜੀਆਂ ਵਕਾਰੀ ਸਨ। ਹਾਂਜੀ, ਹੁਤੀ ਚਾਰ ਬੈਠ ਤਾਂ ਦੋਏ ਉੱਠ ਦੌਰ ਆਈ ਤੰਤ ਲੀਏ ਹੱਥ ਮੰਤ ਮੁੱਖ ਤੇ ਉਚਾਰ ਹੀ। ਕਹਿੰਦੇ ਉਸੇ ਸਮੇਂ ਚਾਰ ਇਸਤਰੀਆਂ ਜਿਹੜੀਆਂ ਬੈਠੀਆਂ ਸੀ ਦੋ ਉਹਨਾਂ 'ਚੋਂ ਉੱਠੀਆਂ, ਉਹਨਾਂ ਤਵੀਤ ਫੜਿਆ ਮੰਤਰ ਪੜ੍ਹਦੀਆਂ ਭਾਈ ਬਾਲਾ ਜੀ ਵੱਲ ਦੌੜ ਆਈਆਂ ਜੀ ਉਹ। ਹਾਂਜੀ, ਲੋਚਨ ਨਚਾਏ ਹਾਵ ਭਾਵ ਦਿਖ ਰਾਏ ਕਰ ਮੁੱਖ ਮੁਸਕਾਏ ਉਰ ਹਰ ਖੁਸ ਧਾਰ। ਬਸ ਅੱਖਾਂ ਵਿਖਾਉਂਦੀਆਂ ਹਾਵ ਭਾਵ ਵਿਖਾਉਂਦੀਆਂ, ਭਾਈ ਬਾਲਾ ਜੀ ਕਹਿੰਦੇ ਮੇਰੇ ਵੱਲ ਆਉਂਦੀਆਂ ਸਨ, ਤੇ ਜਦੋਂ ਮੇਰੇ ਵੱਲ ਆਉਂਦੀਆਂ ਮੈਂ ਸੋਚਿਆ ਕਿਤੇ ਮੈਨੂੰ ਵੀ ਨਾ ਬਣਾ ਲੈਣਾ, ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਮੈਂ ਉਸੇ ਵੇਲੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਲਿਆ। ਹਾਂਜੀ, ਮੇਰੇ ਘਰ ਤੰਤ ਜਬ ਡਾਰਨ ਲੱਗੀ ਹੈ ਇੱਕ ਭਈ ਤਤਕਾਲ ਮੀਡੀ ਕੁਲਟਾ ਕੁਨਾਰ ਹੀ। ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਾਰ ਲਿਆ ਤੇ ਜਦੋਂ ਉਹਨੇ ਮੇਰੇ ਗਲ 'ਚ ਤਵੀਤ ਪਾਉਣ ਲੱਗੀ ਨਾ ਬੀਬੀ,
ਜਿਹੜੀ ਬੇਬੇ ਤਬੀਅਤ ਪਾਉਣ ਲੱਗੀ ਉਹ ਆਪ ਹੀ ਭੇਡੂ ਬਣ ਗਈ ਕਹਿੰਦੇ ਜੀ। ਉਹ ਆਪ ਹੀ ਭੇਡੂ ਬਣ ਗਈ, ਕਿਉਂ? ਮਹਾਰਾਜ ਦੇ ਚਰਨਾਂ ਦਾ ਤੂੰ ਧਿਆਨ ਧਰਿਆ ਸੀ ਭਾਈ ਬਾਲਾ ਜੀ ਨੇ। ਹਾਂਜੀ। ਸਵਈਆ ਦੂਸਰੀ ਦੌਰ ਗਈ ਦਿਸ਼ ਸ਼੍ਰੀ ਗੁਰ ਸੋ ਉਕਸੀ ਤੰਤ ਪਾਵਨ ਹੇਤੁ। ਦੂਜੀ ਬੀਬੀ ਨੇ ਵੇਖਿਆ ਨੀ ਵੀ ਪਹਿਲੀ ਭੇਡੂ ਬਣੀ ਹੈ, ਉਹਦਾ ਧਿਆਨ ਹੀ ਨਹੀਂ, ਉਹ ਮਹਾਰਾਜ ਵੱਲ ਭੱਜੀ ਜਾ ਰਹੀ ਸੀ ਸੱਚੇ ਪਾਤਸ਼ਾਹ ਵੱਲ। ਹੱਥ 'ਚ ਤਵੀਤ ਫੜਿਆ, ਮੰਤਰ ਜਪਦੀ ਜਪਦੀ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਗਈ ਜੀ। ਹਾਂਜੀ। ਹੋਏ ਗਈ ਸ਼ਰਮਾ ਤਨ ਤੂਰਨ ਪੂਰਨ ਕੀ ਅਵਗਿਆ ਦੁੱਖ ਹੇਤੁ। ਉਹ ਫਿਰ ਪਤਾ ਕੀ ਬਣ ਗਈ ਜੀ, ਉਹ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਧ ਸੰਗਤ ਜੀ ਤਵੀਤ ਪਾ ਕੇ ਮਹਾਰਾਜ ਨੂੰ ਵਸ 'ਚ ਕਰਨ ਲੱਗੀ ਸੀ, ਉਹਦਾ ਆਪਣਾ ਹੀ ਸਰੀਰ ਕੁੱਤੀ ਦਾ ਬਣ ਗਿਆ ਜੀ। ਹਾਂਜੀ, ਇਹ ਸਰੀਰ ਬਣ ਗਿਆ ਉਹਦਾ ਜੀ, ਉਹਨੂੰ ਗੁਰੂ ਸਾਹਿਬ ਮਹਾਰਾਜ ਏਡੇ ਵੱਡੇ। ਹਾਂਜੀ। ਔਰ ਹੁਤੀ ਡਰ ਧਾਰ ਹਿਰਦੈ ਪਿਖ ਭਜ ਬਰੀ ਤਤਕਾਲ ਨਿਕੇ। ਜਿਹੜੀਆਂ ਦੋ ਬੀਬੀਆਂ ਸੀ ਉਹ ਤੇ ਡਰ ਕੇ ਹੀ ਭੱਜ ਗਈਆਂ ਹੈ, ਇਹ ਤੇ ਸਾਡੇ ਮੰਤਰ ਸਾਡੇ ਤੇ ਹੀ ਪੁੱਠੇ ਪੈਣ ਦੇ ਹੈ। ਹਾਂਜੀ। ਮੇਖ ਕੇ ਸੰਗ ਬਦਿਓ ਫੁਰ ਕੈ ਬਹੁ ਸ੍ਰੀ ਗੁਰ ਕੋ ਨਿਜ ਦੇਵਨ ਭੇਤੂ। ਤੇ ਕਹਿੰਦੇ ਉਹ ਦੋ ਬੀਬੀਆਂ ਭੱਜ ਗਈਆਂ, ਇੱਕ ਭੇਡੂ ਬਣੀ ਬੈਠੀ ਸੀ, ਇੱਕ ਦਾ ਸਰੀਰ ਕੁੱਤੀਆਂ ਵਾਲਾ ਹੋ ਗਿਆ, ਤੇ ਸਾਧ ਸੰਗਤ ਸਾਹਮਣੇ ਭਾਈ ਮਰਦਾਨਾ ਜੀ ਭੇਡੂ ਬਣੇ, ਸਿਰ ਮਾਰਾਂ ਵੀ ਮਾਰਾਂ, ਮੇਰੇ ਗੱਲ 'ਚੋਂ ਸੰਗਲ ਖੋਲੋ, ਮਾਰਾ ਮੈਨੂੰ ਆਜ਼ਾਦ ਕਰਾਓ ਸੱਚੇ ਪਾਤਸ਼ਾਹ। ਹਾਂਜੀ। ਕਬਿਤ ਬੋਲੇ ਤਬ ਨਾਨਕ ਜੀ ਜਾਹੋ ਅਬ ਬਾਲਾ ਤੁਮ ਕੰਠ ਮਰਦਾਨੇ ਕੇ ਤੋ ਤੋਰ ਡਾਰ ਬੰਦਨਾ। ਮਹਾਰਾਜ ਸੱਚੇ ਪਾਤਸ਼ਾਹ ਫਿਰ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਕਥਾ ਸੁਣਾਈ, ਕਹਿੰਦੇ ਮਹਾਰਾਜ ਮੈਨੂੰ, ਫਿਰ ਮਹਾਰਾਜ ਕਹਿਣ ਲੱਗੇ, ਜਾ ਬਾਲਿਆ ਆ ਸਾਹਮਣਾ ਜਿਹੜਾ ਭੇਡੂ ਆਪਣਾ ਮਰਦਾਨਾ, ਸਾਹਮਣੇ ਜਿਹੜਾ ਭੇਡੂ ਹੈ ਇਹਦੇ ਗੱਲ 'ਚੋਂ ਤਵੀਤ ਤੋੜਦੇ ਮਹਾਰਾਜ ਕਹਿੰਦੇ। ਹਾਂਜੀ। ਆਇਸ ਕੋ ਪਾਏ ਤਤਕਾਲ ਢਿੱਗ ਜਾਏ ਕਰ ਕੰਠ ਜਿਉ ਤੰਤ ਸੋ ਕੀ ਨੋ ਹੈ ਨਿਕੰਦਨਾ। ਕਹਿੰਦੇ ਮੈਂ ਮਹਾਰਾਜ ਦੀ ਆਗਿਆ ਮੰਨੀ ਸੱਚੇ ਪਾਤਸ਼ਾਹ ਜੀ ਦੇ, ਤਤਕਾਲ ਗਿਆ ਰੱਸੀ ਖੋਲੀ ਤੇ ਤਵੀਤ ਵੱਢ ਦਿੱਤਾ। ਹਾਂਜੀ। ਮਾਨਕ ਮਾਨਵ ਕੀ ਦੇਹ ਭਈ ਫੇਰ ਮਰਦਾਨੇ ਹੂੰ ਕੀ ਆਈ ਗੁਰ ਪੂਰਨ ਕੋ ਕੀ ਤਬ ਬੰਦਨਾ। ਬਸ ਉਸੇ ਵੇਲੇ ਹੀ ਭਾਈ ਮਰਦਾਨਾ ਜੀ ਦਾ ਸਰੀਰ ਫਿਰ ਪਹਿਲਾਂ ਵਾਲਾ ਬਣ ਗਿਆ ਜੀ, ਪਹਿਲਾਂ ਵਾਲਾ ਸਰੀਰ ਬਣ ਗਿਆ, ਤੇ ਭਾਈ ਮਰਦਾਨਾ ਜੀ ਨੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਸਿਰ ਰੱਖਿਆ ਤੇ ਮਾਫ਼ੀ ਮੰਗੀ। ਹਾਂਜੀ। ਵੱਡੀ ਜੋ ਬਲਾਈ ਤਿੰਨ ਬਾਹੇ ਲਈਏ ਬਹਿਰਤ ਸੁਦੋ ਮਨ ਮੇਰੋ ਹੂੰ ਸੋ ਜਾਨੋ ਸ਼ਦ ਬਦਨਾ। ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਤੇ ਵੱਡੀਆਂ ਬਲਾਵਾਂ ਤੋਂ ਛਡਾ ਤਾ, ਮਹਾਰਾਜ ਇਹ ਬੀਬੀਆਂ ਨਹੀਂ ਤੇ ਬੁਲਾਵਾਂ ਸਨ, ਬੁਲਾਵਾਂ ਸੱਚੇ ਪਾਤਸ਼ਾਹ ਤੁਸੀਂ ਤੇ ਮਹਾਰਾਜ ਮੇਰਾ ਮਨ ਸਿੱਧਾ ਕਰਤਾ ਸੱਚੇ ਪਾਤਸ਼ਾਹ। ਹਾਂਜੀ। ਨਾਨਕ ਬਖਾਨਾ ਸੁਨ ਕਾਨ ਮਰਦਾਨਾ ਨਹਿ ਬੈਨ ਮਨ ਮਮ ਬਨ ਤੁਮ ਕਰੀ ਮਨ ਭਾਈਆ। ਕਹਿੰਦੇ ਮਰਦਾਨਿਆ ਹੋਰ ਨਾ ਮਨ ਬਚਨ ਗੱਜ ਕੇ ਆਖੋ। ਮਹਾਰਾਜ ਕਹਿੰਦੇ ਪਤਾ ਕਿਉਂ ਹੋਇਆ, ਤੂੰ ਬਚਨ ਨਹੀਂ ਮੰਨਿਆ, ਤੈਨੂੰ ਮਨਾ ਕੀਤਾ ਸੀ ਵੀ ਮਰਦਾਨਿਆ ਨਗਰ ਵਿੱਚ ਨਾ ਜਾਈ। ਹਾਂਜੀ। ਭਨਤ ਪਰਸ ਪਰ ਐਸੇ ਹੀ ਬਚਨ ਗੁਰ ਤਾਹੇ ਕਾਲ ਵਿਖੇ ਕੰਤ ਅੰਗਨਾ ਕੇ ਆਈਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਅਜੇ ਬਚਨ ਹੀ ਕਰਨ ਦੇ ਸਨ ਤੇ ਉਹਨਾਂ ਬੀਬੀਆਂ ਦੇ ਦੋਵਾਂ ਦੇ ਘਰ ਵਾਲੇ ਉਹਨਾਂ ਨੂੰ ਲੱਭਦੇ ਲੱਭਦੇ ਆ ਗਏ ਜੀ। ਉਹ ਦੂਜੀਆਂ ਬੀਬੀਆਂ ਨੇ ਦੱਸਤਾ ਕਿਤੇ ਵੀ ਉਹ ਤੇ ਉੱਥੇ ਹੈ, ਇਹ ਕਾਹ ਬਣ ਗਈ ਤੇ ਕਾਹ ਬਣ ਗਈ। ਹਾਂਜੀ। ਦੌਰ ਕਰ ਕੂਕਰੀ ਉਹ ਮੀਟ ਗਈ ਪਤ ਪਾਸ ਗੁਰੂ ਦਿਸ ਹੋਏ ਬਾਰ ਬਾਰ ਤਾਂ ਬਤਾਈਆ। ਗੱਜ ਕੇ ਆਖੋ ਵਾਹਿਗੁਰੂ। ਉਹ ਦੋਵੇਂ ਹੀ ਇੱਕ ਸਰ ਭੇਡੂ ਵਾਲਾ ਸਰੀਰ ਹੈ, ਇੱਕ ਦਾ ਕੁੱਤੀ ਵਾਲਾ ਸਰੀਰ ਹੈ,
ਤੇ ਦੋਵੇਂ ਆਪੋ ਆਪਣੇ ਪਤੀਆਂ ਕੋਲ ਚਲੇ ਗਈਆਂ ਜੀ। ਤੇ ਉਹਨਾਂ ਨੂੰ ਫੜ ਕੇ ਨਾ ਉਹਨਾਂ ਦੇ ਪਜਾਮੇ ਕੱਪੜੇ ਫੜ ਫੜ ਮਹਾਰਾਜ ਵਾਲੇ ਪਾਸੇ ਖੜਨ, ਵੀ ਇਹਨੇ ਬਣਾਇਆ ਹੀ ਸਾਨੂੰ, ਇਹਨਾਂ ਬਣਾਇਆ ਹੀ ਸਾਨੂੰ। ਹਾਂਜੀ, ਬੋਲਣ ਸ਼ਕਤ ਨਹੀਂ ਇਤ ਉਤ ਦੌਰੀ ਫਿਰ ਲਾਂਗੁਲ ਹਿਲਾਏ ਫੁਰ ਰਾਏ ਸਮਝਾਈਆ। ਪੁੱਛਾਂ ਹਿਲਾਉਂਦੀਆਂ ਭੈ ਭੈ ਕਰਦੀਆਂ ਆਪਣੇ ਪਤੀਆਂ ਨੂੰ ਸਮਝਾਉਂਦੀਆਂ ਸਨ, ਪਰ ਬੋਲ ਨਹੀਂ ਸੀ ਸਕਦੀਆਂ ਜੀ। ਹਾਂਜੀ, ਤੀਯ ਨਿਜ ਦੇਖ ਕਰ ਚਿੰਤ ਮੈਂ ਵਿਸ਼ੇਖ ਭਏ, ਜਾਣੇ ਕਲਾਵਾਨ ਇਹ ਸੰਤ ਕੋ ਆਈਆ। ਸਾਧ ਸੰਗਤ ਜੀ, ਉਹਨਾਂ ਦੇ ਪਤੀ ਸੋਚਣ ਆਪਣੀਆਂ ਪਤੀਆਂ ਦਾ ਪਤਨੀਆਂ ਦਾ ਹਾਲਾਤ ਵੇਖ ਕੇ, ਵੀ ਇਹ ਜਿਹੜੇ ਸਾਹਮਣੇ ਪੁਰਸ਼ ਖਲੋਤੇ ਕੋਈ ਵੱਡੇ ਕਲਾਵਾਨ ਹਨ, ਬੜੇ ਵੱਡੇ ਸੰਤ ਹਨ, ਜਿਨ੍ਹਾਂ 'ਤੇ ਅਸਰ ਹੀ ਕੋਈ ਨਹੀਂ ਚੱਲਿਆ। ਮਾੜੇ ਮੋਟੇ ਬੰਦੇ 'ਤੇ ਤਾਂ ਅਸਰ ਚੱਲੇ, ਅਤੇ ਜਿਹੜੇ ਖੁਦ ਮਾਲਕ ਪਰਮੇਸ਼ਰ ਸੱਚੇ ਪਾਤਸ਼ਾਹ, ਉਹਨਾਂ 'ਤੇ ਕੀ ਅਸਰ ਚੱਲਣਾ ਸਾਧ ਸੰਗਤ ਜੀ। ਹਾਂਜੀ, ਤਾਮਨ ਹੈ ਕਿਨੋ ਇਹ ਭਇਓ ਵਿਪਰੀਤ, ਸੋ ਕੂਕਰੀਓ ਮੀਡੀ ਬਨ ਮਨ ਦੁੱਖ ਪਾਈਆ। ਉਹ ਸੋਚਣ ਦੇ ਵੀ ਸਗੋਂ ਚੰਗਾ ਹੋਇਆ, ਸਾਡੀਆਂ ਪਤਨੀਆਂ ਤੰਗ ਬੜਾ ਕਰਦੀਆਂ ਸੀ ਸਾਰਿਆਂ ਨੂੰ, ਹੁਣੇ ਸਰੀਰ ਪਾ ਕੇ ਦੁੱਖ ਪਾਉਂਦੀਆਂ ਨੇ। ਹਾਂਜੀ, ਚੱਲੇ ਨਹਿ ਜਾਏ ਇਸ ਬਿੱਦ ਕੀ ਬਣਾਏ, ਅਬ ਕਿਨੀ ਖਤਾ ਸੋ ਲੇਹੇ ਜਾਂ ਤੇ ਬਖਸ਼ਾਈਆ। ਹੁਣ ਉਹ ਸੋਚਣ ਦੇ ਉਹਨਾਂ ਦੇ ਪਤੀ ਵੀ ਕਿਵੇਂ ਨਾ ਕਿਵੇਂ ਇਸ ਗੁਰੂ ਕੋਲੋਂ ਭੁੱਲ ਵੀ ਬਖਸ਼ਾ ਲਈਏ, ਇਸ ਸੰਤ ਕੋਲੋਂ ਭੁੱਲ ਬਖਸ਼ਾ ਲਈਏ, ਚਲੋ ਹੈ ਤੇ ਸਾਡੀਆਂ ਪਤਨੀਆਂ ਹੀ ਨੇ ਨਾ। ਹਾਂਜੀ, ਦੌਰ ਦੋਨੋਂ ਮੇਰੇ ਹੀ ਚਰਨ ਗਹੇ ਆਨਕਾਰ, ਭਲੇ ਮਨ ਦੀਨ ਕੀਨੀ ਬੇਨਤੀ ਵਡਾਈਆ। ਦੌਰ ਦੋਨੋਂ ਮੇਰੇ ਹੀ ਚਰਨ ਗਹੇ ਆਨ ਪਏ। ਭਾਈ ਬਾਲਾ ਜੀ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹਨਾਂ 'ਚੋਂ ਮੁਖੀ ਕੌਣ ਹੈ। ਭਾਈ ਬਾਲਾ ਜੀ ਕਹਿੰਦੇ ਉਹਨਾਂ ਦੇ ਪਤੀ ਦੋਵੇਂ ਮੇਰੇ ਪੈਰ ਆ ਕੇ ਫੜ ਲਏ, ਉਹਨਾਂ ਨੇ ਕਹਿੰਦੇ ਜੀ ਬਖਸ਼ ਲਓ ਬਖਸ਼ ਲਓ। ਹਾਂਜੀ, ਬਾਨੀ ਮੈਂ ਬਖਾਨੀ ਜਾਹੋ ਤਾਹੇ ਪਾਸ ਬੰਦ ਪਾਨੀ, ਬਖਸ਼ਨ ਹਾਰ ਸੋ ਖਤਾ ਕੀ ਨੀ ਜਾਹੀ ਕੀ। ਕਹਿੰਦੇ ਮੈਂ ਫਿਰ ਆਖਿਆ ਉਹਨਾਂ ਦੇ ਪਤੀਆਂ ਨੂੰ ਵੀ ਮੈਨੂੰ ਕੁਝ ਨਾ ਆਖੋ, ਆ ਖਲੋਤੇ ਆ ਬਖਸ਼ਣ ਹਾਰ, ਗੱਜ ਕੇ ਆਖੋ ਵਾਹਿਗੁਰੂ, ਇਹ ਖਲੋਤੇ ਆ ਬਖਸ਼ਣ ਹਾਰ, ਇਹਨਾਂ ਅੱਗੇ ਤਰਲਾ ਲਓ, ਇਹਨਾਂ ਦੇ ਅੱਗੇ ਗਲਤੀ ਕੀਤੀ ਉਹਨਾਂ ਨੇ। ਹਾਂਜੀ, ਧਾਏ ਕਰ ਪਾਰਕ ਪਾਏ ਗਹੇ ਜਾਏ ਗੁਰੂ ਨਾਨਕ, ਕੇ ਦੂਰ ਅਬ ਕੀ ਜੈ ਰਿਸ ਕੀ ਨੀ ਜੋ ਗੁਨਾਹ ਕੀ। ਤੇ ਬਸ ਫਿਰ ਉਹਨਾਂ ਦੋਵਾਂ ਪਤੀਆਂ ਨੇ ਪਤਾ ਕੀ ਕੀਤਾ ਜੀ, ਗੁਰੂ ਨਾਨਕ ਸਾਹਿਬ ਜੀ ਦੇ ਚਰਨ ਫੜ ਲਏ, ਇੱਕ ਨੇ ਦੋਵਾਂ ਨੇ ਇੱਕ ਇੱਕ ਚਰਨ ਫੜ ਲਿਆ ਮਹਾਰਾਜ ਦਾ, ਕਹਿੰਦੇ ਮਹਾਰਾਜ ਸਾਡੀਆਂ ਪਤਨੀਆਂ ਕੋ ਭੁੱਲ ਹੋ ਗਈ ਸੱਚੇ ਪਾਤਸ਼ਾਹ। ਹਾਂਜੀ, ਜੋਖ ਤਾ ਕੁਚੀਲ ਨਾ ਹੈ ਜਾਣਤ ਹੈ ਸੰਤ ਛੀਲ, ਭੂਲੀ ਮਤ ਸਦਾ ਜਿਨ ਕਾਮ ਭੋਗ ਚਾਹੇ ਕੀ। ਮਹਾਰਾਜ ਇਹ ਭ੍ਰਿਸ਼ਟੀਆਂ ਨੇ, ਕਾਮ ਵਾਸ਼ਨਾ 'ਚ ਬੁੱਧੀ ਨਾਸ ਹੋਈ ਪਈ ਹੈ, ਇਹਨਾਂ ਨੂੰ ਸੰਤਾਂ ਦਾ ਵੀ ਪਤਾ ਨਹੀਂ ਲੱਗਦਾ ਕੌਣ ਸੰਤ ਮਹੰਤ ਹੈ। ਮਹਾਰਾਜ ਤੁਹਾਡੀ ਸ਼ਕਤੀ ਨਹੀਂ ਸੀ ਜਾਣਦੀਆਂ। ਹਾਂਜੀ, ਕਰਮ ਕਮਾਇਓ ਜਸ ਪਾਇਓ ਫਲ, ਇਨੇ ਤਸ ਸਾਧ ਉਪਕਾਰੀ ਹੋਤ, ਇੱਛਾ ਨਾ ਹੈ ਕਾਹੇ ਕੀ। ਮਹਾਰਾਜ ਇਹਨਾਂ ਨੂੰ ਪਤਾ ਨਹੀਂ ਲੱਗਾ, ਤੁਸੀਂ ਤੇ ਮਹਾਰਾਜ ਸਾਧੂ ਸੰਤ ਹੋ, ਤੇ ਸਾਧੂ ਸੰਤ ਉਪਕਾਰੀ ਹੁੰਦੇ ਹੈ, ਤੇ ਕਿਰਪਾ ਕਰੋ ਇਹਨਾਂ ਨੂੰ ਸਹੀ ਕਰ ਦਿਓ ਮੁੜ। ਹਾਂਜੀ, ਸਵਈਆ ਮੰਦ ਮਤੀ ਮਨ ਮੂਰਖ, ਇਹ ਜਿਨ ਮਨ ਸੰਤਨ ਕੋ ਉੱਠ ਟਾਮਨ ਕੀਨਾ। ਤੇ ਉਹ ਕਹਿੰਦੇ ਮਹਾਰਾਜ ਭੈੜੀਆਂ ਮਤਾਂ ਵਾਲੀਆਂ, ਇਹਨਾਂ ਨੂੰ ਪਤਾ ਹੀ ਨਹੀਂ, ਇਹਨਾਂ ਸੰਤਾਂ ਤੇ ਹੀ ਟੂਣਾ ਚਲਾ ਤਾ, ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਗੁਰੂ ਨਾਨਕ ਸਾਹਿਬ ਬੜੇ ਵੱਡੇ ਹੈ। ਗੁਰੂ ਨਾਨਕ ਸਾਹਿਬ ਕੌਣ ਨੇ? ਬੜੇ ਵੱਡੇ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਖ, ਬੜਾ ਜਪ ਤਪ, 36 ਲੱਖ ਮੂਲ ਮੰਤਰ ਦਾ ਜਾਪ ਗੁਰਮੁਖ ਪਿਆਰੇ ਦੱਸਦੇ ਹੈ।
ਉਹਨਾਂ ਨੇ ਕੀਤਾ ਸੀਗਾ ਜੀ। ਇਹਦੇ ਤੋਂ ਬਾਅਦ ਅੱਠੇ ਪਹਿਰ ਉਹਨਾਂ ਅੰਦਰ ਮੂਲ ਮੰਤਰ ਚੱਲਦਾ ਹੁੰਦਾ ਸੀਗਾ ਅਤੇ ਮਹਾਂਪੁਰਖ ਨਾ ਬਾਹਰ ਗਏ ਜੀ ਕਿਸੇ ਪਾਸੇ ਕਥਾ ਵਿਚਾਰ ਕਰਨ ਵਾਸਤੇ। ਅਤੇ ਜਦੋਂ ਬਾਹਰ ਕਥਾ ਕਰਨ ਵਾਸਤੇ ਗਏ ਅਤੇ ਨਾਲ ਬੜੇ ਸਿੰਘ ਹੁੰਦੇ ਸੀਗੇ, ਜਦੋਂ ਰੋਜ਼ ਲੰਘਣਾ ਉੱਥੋਂ ਕਥਾ ਕਰਨ ਲਈ ਜਾਣਾ ਅਤੇ ਰਸਤੇ 'ਚ ਇੱਕ ਤਾਂਤਰਿਕ ਰਹਿੰਦਾ ਸੀ ਇਹੋ ਜਿਹਾ ਜੀ, ਤੰਤਰ ਮੰਤਰ ਬੜੇ ਸਾਧੇ ਸੀ ਉਹਨੇ ਜੀ। ਉਹਨੇ ਵੇਖਿਆ ਵੀ ਇਹਨਾਂ ਦੀ ਬੜੀ ਪ੍ਰਭਤਾ, ਕਈ ਬੰਦੇ ਕਿਸੇ ਦੂਜੇ ਦੀ ਪ੍ਰਭਤਾ ਵੇਖ ਕੇ ਨਹੀਂ ਜਰਦੇ ਜੀ। ਉਹਨਾਂ ਪਤਾ ਕੀ ਕੀਤਾ ਜੀ, ਉਹਨੇ ਸਾਰੇ ਤੰਤਰਾਂ ਮੰਤਰਾਂ ਦਾ ਜ਼ੋਰ ਲਾ ਕੇ ਅਤੇ ਮਹਾਂਪੁਰਖਾਂ ਨੂੰ ਸੁੱਟਣਾ ਚਾਹਿਆ ਜੀ, ਮਹਾਂਪੁਰਖਾਂ ਨੂੰ ਸੁੱਟਣਾ ਚਾਹਿਆ। ਮਹਾਂਪੁਰਖ ਲੰਘ ਰਹੇ, ਉਹਨੇ ਪੂਰੇ ਤੰਤਰਾਂ ਮੰਤਰਾਂ ਦਾ ਜ਼ੋਰ ਲਾਇਆ, ਆਪਣੀਆਂ ਤਾਕਤਾਂ ਭੇਜੀਆਂ ਅਤੇ ਮਹਾਂਪੁਰਖਾਂ ਨੇ ਦ੍ਰਿਸ਼ਟੀ ਪਾਈ ਅਤੇ ਉਹਦੇ 'ਤੇ ਹੀ ਉਲਟਾ ਅਸਰ ਹੋ ਗਿਆ ਜੀ, ਉਹਨੇ ਤਾਂ ਚਰਨ ਫੜ ਲਏ ਜੀ। ਹੁਣ ਇਹ ਖੇਡ ਗੁਪਤ ਵਰਤੀ ਜੀ, ਸਿੰਘਾਂ ਨੇ ਮਹਾਂਪੁਰਖਾਂ ਨੂੰ ਪੁੱਛਿਆ, ਬੇਨਤੀ ਕੀਤੀ, ਮਹਾਂਪੁਰਖੋ ਇਹ ਕੀ ਚੱਕਰ ਹੈ? ਅਤੇ ਮਹਾਂਪੁਰਖਾਂ ਦੱਸਿਆ, ਭਾਈ ਇਹ ਵਡਿਆਈ ਸਾਡੀ ਨਹੀਂ ਹੈ, ਇੰਨੀ ਟਕਸਾਲ ਦਾ ਮੁਖੀ ਬਣਨਾ ਵਡਿਆਈ ਸਾਡੀ ਨਹੀਂ ਹੈ, ਵਿਦਿਆਰਥੀ ਨਾਲ ਹੋਣੇ ਸੰਗਤ ਪਿਆਰ ਨਾਲ ਇਸ ਤਰ੍ਹਾਂ ਕਥਾ ਸੁਣਦੀ ਇਹ ਵਡਿਆਈ ਸਾਡੀ ਨਹੀਂ ਹੈ, ਇਹ ਵਡਿਆਈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੈ। ਭਾਈ ਇਹਨੂੰ ਵਡਿਆਈ ਚੰਗੀ ਨਾ ਲੱਗੀ ਮਹਾਰਾਜ ਦੀ, ਇਹਨੇ ਤੰਤਰਾਂ ਮੰਤਰਾਂ ਦਾ ਜ਼ੋਰ ਪਾਇਆ, ਜਦੋਂ ਇਹਨੇ ਜ਼ੋਰ ਪਾਇਆ ਉਦੋਂ ਅਸੀਂ ਮੂਲ ਮੰਤਰ ਪੜ੍ਹ ਰਹੇ ਹਾਂ, ਕਹਿੰਦੇ ਮੂਲ ਮੰਤਰ ਪੜ੍ਹ ਰਹੇ ਸਾਂ, ਗੁਰੂ ਨਾਨਕ ਸਾਹਿਬ ਦੀ ਵਡਿਆਈ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਹੀ ਮੰਤਰ, ਜਦੋਂ ਅਸੀਂ ਮੂਲ ਮੰਤਰ ਪੜ੍ਹ ਰਹੇ ਸਾਂ ਉਹ ਜਿੰਨਾ ਇਹਨੇ ਸਾਡੇ 'ਤੇ ਜ਼ੋਰ ਪਾਇਆ ਉਲਟਾ ਉਹਦੇ 'ਤੇ ਜਾ ਕੇ ਚੱਲ ਗਿਆ, ਕਹਿੰਦੇ ਜੀ ਉਲਟਾ ਉਹਦੇ 'ਤੇ ਜਾ ਕੇ ਚੱਲ ਪਿਆ ਜੀ। ਜਿਹੜੇ ਮਹਾਰਾਜ ਦੇ ਸਿੱਖ ਨੇ ਨਾ ਗੁਰੂ ਸਾਹਿਬ ਜੀ ਦੇ, ਉਹਨਾਂ ਨੂੰ ਕਿਸੇ ਤੋਂ ਭੈ ਕਰਨ ਦੀ ਲੋੜ ਨਹੀਂ ਹੈ, ਕਿਉਂ? ਉਹਨਾਂ ਦੇ ਕੋਲ ਗੁਰਬਾਣੀ ਹੈ, ਤੁਰ ਕੇ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਉਹਨਾਂ ਕੋਲ ਗੁਰਬਾਣੀ ਹੈ ਅਤੇ ਗੁਰਬਾਣੀ ਦਾ ਬੜਾ ਵੱਡਾ ਪ੍ਰਤਾਪ ਹੈ ਪਿਆਰਿਓ, ਬੜਾ ਵੱਡਾ ਪ੍ਰਤਾਪ ਹੈ। ਹੁਣ ਵੇਖ ਲਓ ਇਕੱਲੇ ਮੂਲ ਮੰਤਰ ਵਿੱਚ ਹੀ ਮਹਾਰਾਜ ਨੇ ਕਿੰਨੀਆਂ ਬਖਸ਼ਿਸ਼ਾਂ ਰੱਖੀਆਂ ਜੀ, ਕਿੰਨੀਆਂ ਬਖਸ਼ਿਸ਼ਾਂ ਰੱਖੀਆਂ। ਅਤੇ ਭਾਈ ਬਾਲਾ ਜੀ 'ਤੇ ਕਿਉਂ ਨਹੀਂ ਅਸਰ ਹੋਇਆ? ਕਿਉਂਕਿ ਉਹਨਾਂ ਨੇ ਮਹਾਰਾਜ ਦਾ ਧਿਆਨ ਧਾਰ ਲਿਆ ਜੀ, ਅਤੇ ਮੂਲ ਮੰਤਰ ਪੜ੍ਹਨਾ, ਮੂਲ ਮੰਤਰ ਜਪਣਾ ਸਮਝੋ ਗੁਰੂ ਨਾਨਕ ਸਾਹਿਬ ਜੀ ਨੂੰ ਚੇਤੇ ਕਰਨ ਦੇ ਬਰਾਬਰ ਹੈ, ਕਿਉਂਕਿ ਬਾਣੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ ਨਾ ਜੀ। ਅਤੇ ਜਿਹੜਾ ਫਿਰ ਸੰਤਾਂ ਜਾਂ ਭਗਤਾਂ ਗੁਰਸਿੱਖਾਂ ਉੱਤੇ ਕੋਈ ਇਹੋ ਜਿਹੀ ਚੀਜ਼ ਕਰਦਾ ਹੈ ਉਲਟਾ ਫਿਰ ਉਹਦੇ 'ਤੇ ਹੀ ਬੁਰਾ ਅਸਰ ਹੋ ਜਾਂਦਾ ਹੈ। ਉਹਨਾਂ ਦੇ ਪਤੀ ਮਹਾਰਾਜ ਦੇ ਚਰਨ ਫੜ ਕੇ ਕਹਿਣ, ਕਹਿੰਦੇ ਮਹਾਰਾਜ ਇਹਨਾਂ ਨੂੰ ਕੀ ਪਤਾ ਸੀਗਾ? ਹਾਂਜੀ, ਠੌਰ ਕੁਠੌਰ ਨਾ ਜਾਣਤ ਹੈ ਨਿਤ ਆਤੁਰ ਕੰਮ ਤੇ ਹੋਤ ਅਧੀਨ। ਮਹਾਰਾਜ ਇਹ ਤਾਂ ਥਾਂ ਕੁ ਥਾਂ ਵੀ ਨਹੀਂ ਵੇਖਦੀਆਂ, ਅਤੇ ਸੱਚੇ ਪਾਤਸ਼ਾਹ ਹਰ ਇੱਕ ਤੋਂ, ਮਹਾਰਾਜ ਸੱਚੇ ਪਾਤਸ਼ਾਹ ਹਰ ਇੱਕ ਨੂੰ ਆਪਣੇ ਵੱਸ ਕਰ ਲੈਂਦੀਆਂ ਨੇ। ਹਾਂਜੀ, ਆਪ ਕਰੋ ਕਰੂ ਨਾ ਕਰੂ ਨਾ ਕਰ ਤੋ ਸ਼ਰਦਾ ਪਰ ਨਾ ਹਮਲੀਨਾ। ਮਹਾਰਾਜ ਹੁਣ ਤੁਸੀਂ ਮਿਹਰ ਕਰਦੇ ਹੋ ਸੱਚੇ ਪਾਤਸ਼ਾਹ, ਇਹਨਾਂ ਦੀ ਭੁੱਲ ਬਖਸ਼ਦੇ ਹੋ ਸੱਚੇ ਪਾਤਸ਼ਾਹ। ਹਾਂਜੀ,
ਮਨ ਵੀ ਦੇਹ ਕਰੋਇ ਨਕੀ ਬਖਸ਼ੋ ਅਪਰਾਧ ਤੁਮੇ ਪ੍ਰਭ ਚੀਨਾ। ਮਹਾਰਾਜ ਇਹਨਾਂ ਦਾ ਸਰੀਰ ਬਖਸ਼ ਪਹਿਲਾਂ ਵਾਲਾ ਕਰ ਦਿਓ, ਸੁੱਧ ਬੁੱਧ ਪਹਿਲਾਂ ਵਾਲੀ ਕਰ ਦਿਓ ਸੱਚੇ ਪਾਤਸ਼ਾਹ। ਹਾਂਜੀ, ਗੁਰ ਨਾਨਕ ਆਨਨ ਬੈਨ ਪਨੈ ਗੁਰ ਸਿੱਖੀ ਮਨਜੂਰ ਕਰੋ ਮਨ ਮਾਹੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਫਿਰ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਭਾਈ ਸਾਰੇ ਕੰਮ ਹੋ ਜਾਣਗੇ, ਸਿੱਖੀ ਧਾਰਨ ਕਰ ਲਓ। ਮਹਾਰਾਜ ਕਹਿੰਦੇ ਸਿੱਖੀ ਧਾਰਨ ਕਰ ਲਓ। ਹਾਂਜੀ, ਤਰਮ ਸਾਲ ਕਰੋ ਹਰ ਨਾਮ ਰਰੋ ਉਰ ਭਾਉ ਤਰੋ ਹਰ ਕੈ ਕ੍ਰਿਤ ਯਾਹੀ। ਕਹਿੰਦੇ ਮਹਾਰਾਜ ਉਹਦੇ ਵਾਸਤੇ ਕੀ ਕਰਨਾ ਪਏਗਾ, ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆਪਣੇ ਨਗਰ 'ਚ ਧਰਮਸ਼ਾਲਾ ਬਣਾਓ, ਧਰਮਸ਼ਾਲਾ ਬਣਾਓ। ਧਰਮਸ਼ਾਲਾ ਵਿੱਚ ਜਾ ਕੇ ਕੀ ਕਰਨਾ, ਧਰਮਸ਼ਾਲਾ ਬਣਾਓ, ਧਰਮਸ਼ਾਲਾ 'ਚ ਜਾ ਕੇ ਸਤਨਾਮ ਪਰਮੇਸ਼ਰ ਦਾ ਨਾਮ ਜਪੋ, ਹਿਰਦੇ 'ਚ ਸ਼ਰਧਾ ਧਾਰੋ ਅਤੇ ਪਰਮੇਸ਼ਰ 'ਚ ਭਰੋਸਾ ਰੱਖੋ, ਅਤੇ ਇਹੋ ਜਿਹੇ ਪੁੱਠੇ ਕੰਮ ਸਾਰੇ ਹੀ ਛੱਡ ਦਿਓ। ਮਹਾਰਾਜ ਕਹਿੰਦੇ ਕਈਆਂ 'ਤੇ ਅਸਰ ਹੋ ਗਿਆ ਸੀਗਾ ਜੀ। ਹਾਂਜੀ, ਸਿੱਖ ਸੰਤਨ ਸੇਵਾ ਹੋਏ ਭਲੋ ਤੁਮ ਗਰੀਬ ਪਰੈ ਨਹਿ ਅੰਤਕ ਫਾਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੇਰੀਆਂ ਤੁਹਾਡੀਆਂ ਪਤਨੀਆਂ ਦੀ ਆ ਵੀ ਫਾਹੀ ਛੁੱਟ ਜਾਏਗੀ ਅਤੇ ਜਮਾਂ ਦੀ ਫਾਹੀ ਵੀ ਛੁੱਟ ਜਾਏਗੀ, ਬਸ ਧਰਮਸ਼ਾਲਾ ਬਣਾ ਕੇ ਨਾਮ ਜਪੋ, ਆਏ ਹੋਏ ਸੰਤ ਸਾਧੂ ਸਿੱਖ ਦੀ ਸੇਵਾ ਕਰੋ, ਸੇਵਾ ਕਰੋ। ਹਾਂ, ਉਦਣ ਦੁਬਈ ਤੋਂ ਭੈਣ ਜੀ ਆਏ ਸਨ, ਉਹਨਾਂ ਦੱਸਿਆ ਇਹ ਬੜਾ ਵੱਡਾ ਸੰਦੇਸ਼ ਜੇ ਗੁਰੂ ਨਾਨਕ ਸਾਹਿਬ ਜੀ ਦਾ, ਉਹਨਾਂ ਬਚਨ ਸੁਣਾਇਆ, ਉਹਨਾਂ ਦੇ ਦਾਦਾ ਜੀ ਮਿਲ ਕੇ ਆਏ। ਕਹਿੰਦੇ ਇੱਧਰ ਉਹਨਾਂ ਦੇ ਦੁਬਈ ਵਾਲੇ ਤੋਂ ਥੋੜ੍ਹਾ ਜਿਹਾ ਅੱਗੇ ਇਲਾਕਾ ਹੈ, ਕਹਿੰਦੇ ਉੱਥੇ ਉਹਨਾਂ ਦੀ ਪੀੜ੍ਹੀ ਚੱਲ ਰਹੀ ਹੈ, ਉਹ ਪੀੜ੍ਹੀਆਂ ਦੇ ਵਿੱਚ ਇੱਕ ਕੜਾ ਤੁਰਦਾ ਆ ਰਿਹਾ, ਕੜਾ ਜੀ ਹੱਥ 'ਚ ਪਾਉਣ ਵਾਲਾ। ਕਹਿੰਦੇ ਧਾਰਨਾ ਪਤਾ ਕੀ ਹੈ ਉਸ ਕੜੇ ਦੀ, ਉਸ ਕੜੇ ਦੀ ਧਾਰਨਾ ਇਹ ਹੈ ਵੀ ਕੋਈ ਹਿੰਦੁਸਤਾਨ ਇੰਡੀਆ ਤੋਂ ਕੋਈ ਸੰਤ ਆਏ ਸੀ, ਉਹਨਾਂ ਨਾਲ ਦੋ ਚੇਲੇ ਸੀਗੇ, ਇੱਕ ਦੇ ਹੱਥ 'ਚ ਵਜਾਉਣ ਵਾਲਾ ਸੀਗਾ, ਉਹਨਾਂ ਨੇ ਕੜਾ ਦਿੱਤਾ ਸਾਡੀ ਪੀੜ੍ਹੀ ਨੂੰ, ਭਾਵ ਗੁਰੂ ਨਾਨਕ ਸਾਹਿਬ ਮਹਾਰਾਜ। ਉਹ ਅੱਜ ਤੱਕ ਪੀੜ੍ਹੀ ਮਹਾਰਾਜ ਜੀ ਦੇ ਕੜੇ ਦੀ ਸੇਵਾ ਕਰ ਰਹੀ ਹੈ। ਉਪਦੇਸ਼ ਕੀ ਦਿੰਦੇ ਸਨ, ਭਾਈ ਧਰਮਸ਼ਾਲਾ ਬਣਾਓ ਅਤੇ ਧਰਮਸ਼ਾਲਾ ਬਣਾ ਕੇ ਆਏ ਗਏ ਨੂੰ ਪ੍ਰਸ਼ਾਦਾ ਛਕਾਓ, ਸੇਵਾ ਕਰੋ। ਜਿੰਨੇ ਗੁਰੂ ਘਰ ਨੇ, ਜਿੰਨੇ ਗੁਰੂ ਘਰ, ਇੰਨਾ ਕੰਮ ਹੋਣ ਲੱਗ ਪਏ ਨਾ ਇੰਨਾ, ਚਲੋ ਵੱਡੇ ਵੱਡੇ ਲੰਗਰ ਜਿਹੜੇ ਲਾਉਂਦੇ ਮੁਬਾਰਕ ਹੈ, ਚੰਗੀ ਗੱਲ ਹੈ, ਹੋਰ ਨਹੀਂ ਤਾਂ ਇੰਨਾ ਪ੍ਰਬੰਧ ਹੋ ਜਾਵੇ ਵੀ ਜਿਹੜਾ ਭੁੱਖਾ ਹੈ ਉਹਨੂੰ ਪ੍ਰਸ਼ਾਦਾ ਮਿਲ ਜਾਵੇ, ਅਤੇ ਸਾਧ ਸੰਗਤ ਜੀ ਗੁਰੂ ਦੀ ਮਿਹਰ ਵਰਤਣ ਲੱਗ ਪੈਂਦੀ ਹੈ। ਹੋਰ ਤਾਂ ਛੱਡੋ, ਜਿਹੜਾ ਸਿੱਖ ਆਪਣੇ ਘਰ ਵਿੱਚ ਹੀ ਇਹ ਕੰਮ ਕਰਦਾ ਹੈ ਨਾ, ਉਹਦੇ ਘਰ ਵਿੱਚ ਗੁਰੂ ਦੀ ਮਿਹਰ ਵਰਤਣ ਲੱਗ ਪੈਂਦੀ, ਬਰਕਤਾਂ ਪੈ ਜਾਂਦੀਆਂ ਨੇ। ਮਹਾਰਾਜ ਉਹਨਾਂ ਨੂੰ ਕਹਿੰਦੇ ਸਿੱਖ ਸੰਤਨ ਸੇਵ ਹੋਏ ਭਲੋ ਤੁਮ, ਸੰਤਾਂ ਸਾਧੂਆਂ ਦੀ ਸੇਵਾ ਕਰਿਆ ਕਰੋ, ਲੋੜਵੰਦਾਂ ਦੀ ਸੇਵਾ ਕਰਿਆ ਕਰੋ, ਤੁਹਾਡਾ ਭਲਾ ਹੋਏਗਾ, ਆ ਫਾਈਆਂ ਛੱਡੋ, ਜਮਾਂ ਦੀਆਂ ਫਾਈਆਂ ਤੋਂ ਬਚ ਜਾਓਗੇ। ਮਹਾਰਾਜ ਕਹਿੰਦੇ ਹਾਂਜੀ, ਸੁਨ ਦੀਨ ਪਾਏ ਤਾਂ ਨਹੀਂ ਮੁਖ ਤੇ ਤੁਮਰੇ ਅਨੁਸਾਰ ਬਿਨਾ ਹਮ ਨਾਹੀਂ। ਤੇ ਕਹਿੰਦੇ ਤਮ ਮਹਾਰਾਜ ਸੱਚੇ ਪਾਤਸ਼ਾਹ ਤੁਮਰੇ ਅਨੁਸਾਰ ਬਿਨਾ ਹਮ ਨਾਹੀਂ,
ਮਹਾਰਾਜ ਹੁਣ ਅਸੀਂ ਤੁਹਾਡੇ ਅਨੁਸਾਰ ਹੀ ਹਾਂ ਮਹਾਰਾਜ, ਹੁਣ ਕਿਸੇ ਹੋਰ ਅਨੁਸਾਰ ਨਹੀਂ ਰਹਾਂਗੇ। ਹਾਂਜੀ, ਕਬਿਤ ਨਾਰਦੁਰਾਚਾਰ ਬਿਬਚਾਰਨ ਕੀ ਚਾਲ ਜੇਹ ਸੋ ਤੋ ਦੁੱਖ ਦੈਨ ਹੂ ਕੇ ਜੋਗ ਮਨ ਜਾਨੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖੋਟੀਆਂ ਨਾਰਾਂ ਨੇ ਜਿਹੜੀ ਇੱਥੇ ਰੀਤੀ ਚਲਾਈ ਹੈ, ਥੋੜ੍ਹਾ ਬਹੁਤਾ ਤਾਂ ਦੁੱਖ ਇਹਨਾਂ ਨੂੰ ਮਿਲਣਾ ਹੀ ਚਾਹੀਦਾ ਹੈ। ਹਾਂਜੀ, ਭਏ ਅਧੀਨ ਪੁੰਨ ਬੇਨਤੀ ਸੁਕੀਨ ਤੁਮ ਜਾਂ ਤੇ ਹੋਏ ਨਾਰ ਤਨ ਇਨ ਕੇ ਪ੍ਰਮਾਨੀਏ। ਰੱਜ ਕੇ ਆਖੋ ਵਾਹਿਗੁਰੂ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਅੱਗੇ ਉਹ ਫਿਰ ਬੇਨਤੀਆਂ ਕਰਨ ਲੱਗੇ। ਹਾਂਜੀ, ਐਸੇ ਹੀ ਭਨਤ ਪਈ ਦੇਹ ਤਿੰਨ ਪੂਰਬ ਸਿਹਰ ਗੁਰ ਰੂਪ ਪੁੰਨ ਮਨ ਪਛਤਾਨੀਏ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਫਿਰ ਭਾਈ ਠੀਕ ਹੈ, ਤੁਸੀਂ ਬਹੁਤੀਆਂ ਹੀ ਜੇ ਬੇਨਤੀਆਂ ਕਰਦੇ ਹੋ। ਕਰੁਣਾ ਕੇ ਐਨ ਰਹੇ ਤਾਂ ਭਈ ਰਹਿਣ, ਜਬ ਕਿੰਨੀ ਸੁੱਖ ਹੈਨ ਕਿੰਨੀ ਸੁੱਖ ਸਹਿਨ ਜਾਂ ਕੋ ਭੈ ਨਾ ਕਿਤ ਥਾਨੀਏ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਈ ਦ੍ਰਿਸ਼ਟੀ, ਉਹ ਦੋਵੇਂ ਬੀਬੀਆਂ ਫਿਰ ਪਹਿਲਾਂ ਵਰਗੀਆਂ ਹੀ ਹੋ ਗਈਆਂ ਜੀ। ਤੇ ਉਧਰੋਂ ਸ਼ਾਮਾਂ ਦਾ ਸਮਾਂ ਹੋ ਗਿਆ, ਹੁਣ ਉਹ ਕਹਿਣ ਮਹਾਰਾਜ ਸਾਡੇ ਘਰ ਰਾਤ ਰਹੋ, ਹੁਣ ਮਹਾਰਾਜ ਨੇ ਉਹਨਾਂ ਦੇ ਘਰ ਰਾਤ ਰਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਨੇ। ਅਤੇ ਸਾਰੇ ਨਗਰ ਵਿੱਚ ਪਰਮੇਸ਼ਰ ਦੇ ਨਾਮ ਦਾ ਛਿੱਟਾ ਦੇ ਕੇ ਆਉਣਾ, ਉਹ ਆਪਾਂ ਕੱਲ੍ਹ ਨੂੰ ਪ੍ਰਸੰਗ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਮਿਹਰਾਂ ਕਰਨ, ਕਿਰਪਾ ਕਰਨ ਸਾਧ ਸੰਗਤ ਜੀ। ਇਹ ਤੰਤਰ ਮੰਤਰ ਜੰਤਰ ਤਿੰਨ ਚੀਜ਼ਾਂ ਹੁੰਦੀਆਂ, ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਆ। ਹਾਂਜੀ, ਜਦੋਂ ਤੰਤਰ ਮੰਤਰ ਜੰਤਰ ਇਕੱਠੇ ਹੋ ਜਾਣ ਫਿਰ ਟੂਣਾ ਬਣ ਜਾਂਦਾ ਹੈ ਜੀ। ਪਰ ਤੰਤਰ ਮੰਤਰ ਜੰਤਰ ਤੋਂ ਡਰਨ ਦੀ ਲੋੜ ਨਹੀਂ, ਜਿਹੜਾ ਸਿੱਖ ਬਾਣੀ ਪੜ੍ਹਦਾ ਹੈ, ਜਿਹੜਾ ਸਿੱਖ ਸਤਿਗੁਰੂ ਜੀ ਦੀ ਹਜ਼ੂਰੀ 'ਚ ਆਉਂਦਾ ਹੈ, ਜਿਹੜਾ ਸਿੱਖ ਮਹਾਰਾਜ ਜੀ ਦੀ ਬਖਸ਼ੀ ਹੋਈ ਰਹਿਤ ਰੱਖਦਾ ਹੈ ਨਾ, ਉਹਨੂੰ ਇਹਨਾਂ ਚੀਜ਼ਾਂ ਤੋਂ ਡਰਨ ਦੀ ਲੋੜ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਰਾਖੇ ਹੁੰਦੇ ਹੈ। ਸੋ ਮਹਾਰਾਜ ਗਰੀਬ ਨਿਵਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਸਾਰੀ ਸੰਗਤ ਦੋ ਚਾਰ ਮਿੰਟ ਗੁਰਮੰਤਰ ਦਾ ਜਾਪ ਕਰਕੇ ਫਿਰ ਖਿਮਾ ਮੰਗੀਏ। ਸਾਵਧਾਨ ਹੋਵੋ, ਪ੍ਰੇਮ ਦੇ ਨਾਲ ਸਾਰੀ ਸੰਗਤ ਗੱਜ ਕੇ ਕਹੋ ਜੀ ਵਾਹਿਗੁਰੂ।
ਸੱਚੇ ਪਾਤਸ਼ਾਹ ਮਿਹਰ ਕਰਨ। ਇਹਨੂੰ ਮਹਾਰਾਜ ਨੇ ਕਿਹਾ ਸੀ ਢਾਕੇ ਦੇ ਲੋਕਾਂ ਨੂੰ, ਭਾਈ ਧਰਮਸ਼ਾਲਾ ਬਣਾਓ ਅਤੇ ਧਰਮਸ਼ਾਲਾ ਵਿੱਚ ਬੈਠ ਕੇ ਹਰ ਨਾਮ ਜਪੋ, ਭਜਨ ਕਰੋ ਅਤੇ ਆਏ ਗਏ ਦੀ ਸੇਵਾ ਕਰੋ। ਜਮਾਂ ਦੀ ਫਾਈ ਨਹੀਂ ਪਏਗੀ ਕਦੀ ਵੀ ਜੀ। ਕਿੱਡਾ ਵੱਡਾ ਬਚਨ ਹੈ। ਹੁਣ ਧਰਮਸ਼ਾਲਾ ਤਾਂ ਬਣੀ ਪਈ ਹੈ ਜੀ, ਗੁਰਦੁਆਰਾ ਸਾਹਿਬ ਕੀ ਹੈ? ਧਰਮਸ਼ਾਲਾ ਹੈ। ਇੱਕ ਹੁੰਦੀ ਬੱਟਿਆਂ ਦੀ ਪਾਠਸ਼ਾਲਾ, ਇਹ ਹੈ ਧਰਮਸ਼ਾਲਾ, ਉਹ ਸ਼ਾਲਾ, ਉਹ ਅਸਥਾਨ ਜਿੱਥੇ ਧਰਮ ਪੜ੍ਹਾਇਆ ਜਾਂਦਾ ਹੈ। ਮਹਾਰਾਜ ਕਹਿੰਦੇ ਸਾਂਝੀ ਥਾਂ ਬਣਾਓ, ਧਰਮਸ਼ਾਲਾ ਬਣਾਓ, ਉੱਥੇ ਬੈਠ ਕੇ ਨਾਮ ਜਪਿਆ ਕਰੋ, ਆਏ ਗਏ ਦੀ ਸੇਵਾ ਕਰਿਆ ਕਰੋ, ਜਮਾਂ ਦੀਆਂ ਫਾਈਆਂ ਨਹੀਂ ਪੈਣਗੀਆਂ ਜੀ। ਇਹਦੇ ਤੋਂ ਅੱਗੇ ਆਪਾਂ ਕੱਲ੍ਹ ਨੂੰ ਪ੍ਰਸੰਗ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।